ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੋਂ ਜਿਹੜੇ ਪੱਤਰਕਾਰ ਸਾਥੀ ਇੱਥੇ ਆਏ ਹੈ ਉਹਨਾਂ ਦਾ ਮੈਂ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਆਉਣ 'ਤੇ ਸਵਾਗਤ ਕਰਦਾ ਹਾਂ। ਅੱਜ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ, ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀਮਾਨ ਸੁਨੀਲ ਜਾਖੜ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ। ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਔਰ ਪੂਰਵ 'ਚ ਰਹੇ CPS ਕ੍ਰਿਸ਼ਨਦੇਵ ਭੰਡਾਰੀ ਜੀ, ਪੂਰਵ 'ਚ CPS ਰਹੇ ਅਵਿਨਾਸ਼ ਚੰਦਰ ਜੀ, ਰਾਜਵੀਰ ਜੀ। ਸੋ ਮੈਂ ਹੁਣ ਸਿੱਧਾ ਨਿਵੇਦਨ ਕਰਾਂਗਾ ਜਾਖੜ ਸਾਹਿਬ ਨੂੰ ਕਿ ਆਪਣੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂ। ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਬਹੁਤ ਹੀ ਤੁਹਾਡੇ ਵਾਸਤੇ ਇਜ਼ ਅ ਬਿਜ਼ੀ ਡੇ, ਕਿਉਂਕਿ ਹੁਣ ਤੋਂ ਪਹਿਲਾਂ ਅਕਾਲੀ ਦਲ ਦੀ ਵੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਅਤੇ ਹੁਣੇ ਮੇਰੇ ਖਿਆਲ ਐਟ ਦ ਸਿਮਿਲਰ ਟਾਈਮ ਐਸੇ 4 ਵਜੇ ਆਮ ਆਦਮੀ ਪਾਰਟੀ ਵੀ ਤੁਹਾਡੇ ਨਾਲ ਮੁਖਾਤਿਬ ਹੋ ਰਹੀ ਹੈ। ਇਹ ਸਾਰੇ ਦਾ ਵਜ੍ਹਾ ਹੈ ਜਲੰਧਰ ਵੈਸਟ ਦੇ ਅੰਦਰ ਬਾਈ ਇਲੈਕਸ਼ਨ ਦਾ ਹੋਣਾ, ਕਿ ਅੱਜ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਲੋਕਾਂ ਨੂੰ ਮਿਲਿਆ, ਜਿਹੜੇ ਆਪਣੇ MLAs ਨੂੰ ਵੀ ਨਹੀਂ ਸੀ ਮਿਲਦੇ, ਅੱਜ ਜਲੰਧਰ ਦੇ ਅੰਦਰ ਆ ਕੇ ਮਕਾਨ ਲੈ ਕੇ ਇੱਥੇ ਬੈਠੇ ਹੈ। ਅਗਰ ਮੈਂ ਇਸ ਮਕਾਨ ਨੂੰ ਸ਼ੀਸ਼ ਮਹਿਲ ਕਹਾਂ ਤਾਂ ਬਿਹਤਰ ਰਹੂਗਾ, ਕਿਉਂਕਿ ਇਹ ਜਿਹੜੇ ਆਮ ਆਦਮੀ ਦੇ ਨੁਮਾਇੰਦੇ ਸੀਗੇ, ਚਾਹੇ ਦਿੱਲੀ ਦੇ ਅੰਦਰ ਸ਼ੀਸ਼ ਮਹਿਲ ਬਣਿਆ ਜਿਹਦਾ ਖਾਮਿਆਜ਼ਾ ਭੁਗਤ ਰਹੇ ਹੈ ਕੇਜਰੀਵਾਲ ਸਾਹਿਬ ਅੱਜ ਤਾਈਂ, ਉਸੇ ਕਿਸਮ ਦਾ ਅੱਜ ਮੈਂ ਫੋਟੋਗ੍ਰਾਫ ਦੇਖੀਆਂ ਵੀ ਜਿਹੜਾ ਆਮ ਆਦਮੀ ਦਾ ਇੱਕ ਛੋਟਾ ਕੁਆਟਰ ਹੋਣਾ ਚਾਹੀਦਾ ਸੀ, ਉਹ ਇੱਕ ਬਹੁਤ ਵੱਡਾ ਪੈਲਸ ਜਿਹਦੇ ਵਿੱਚ ਭਗਵੰਤ ਮਾਨ ਜੀ ਅਤੇ ਉਹਨਾਂ ਦੇ ਪਰਿਵਾਰ ਇੱਥੇ ਰਹਿ ਰਹੇ ਹੈ। ਇਸ਼ੂ ਆਹ ਨਹੀਂ ਹੈ ਵੀ ਭਗਵੰਤ ਮਾਨ ਜੀ ਕਿੱਥੇ ਰਹਿ ਰਹੇ ਹੈ, ਇਸ਼ੂ ਆ ਹੈ ਵੀ 2.5 ਸਾਲ ਦੇ ਕਰੀਬ ਸਰਕਾਰ ਹੋਣ ਨੂੰ ਆਏ ਹੈ ਅਤੇ ਸਰਕਾਰ ਆਪਣੀ ਕਾਰਗੁਜ਼ਾਰੀਆਂ ਜਾਂ ਜਿਹੜੇ ਕੰਮ ਕੀਤੇ ਆ ਉਹਨਾਂ 'ਤੇ ਵੋਟ ਕਿਉਂ ਨਹੀਂ ਮੰਗ ਰਹੀ, ਕਿਉਂ ਨਹੀਂ ਆ ਕੇ ਜਲੰਧਰ ਦੇ ਲੋਕਾਂ ਨੂੰ ਦੱਸ ਰਹੇ ਵੀ ਅਸੀਂ ਇੱਥੇ ਪਿਛਲੇ 2.5 ਸਾਲ ਦੇ ਅੰਦਰ ਕੀ ਕੁਛ ਕਰਵਾਇਆ ਹੈ, ਕਿਉਂ ਆ ਨੌਬਤ ਇੱਥੇ ਆਈ ਹੈ ਜਦੋਂ ਇਸ ਤੋਂ ਵਿਚਾਲੇ ਪਹਿਲਾਂ ਵੀ ਇੱਥੇ ਇਲੈਕਸ਼ਨ ਦੇ ਦੌਰਾਨ ਆਏ ਹੈ, ਇੱਥੇ ਦੀ ਸਮੱਸਿਆਵਾਂ ਤੋਂ ਪਰਿਚਿਤ ਹੈ, ਸਾਰੀ ਗੱਲਾਂ ਦਾ ਇਹਨਾਂ ਨੇ ਜੋ ਜੋ ਵਾਅਦੇ ਕੀਤੇ ਸੀਗੇ ਉਹ ਫੁਲਫਿਲ ਕਰਨ ਦੀ ਬਜਾਏ ਨਵਾਂ ਏਜੰਡਾ 10 ਪੁਆਇੰਟ ਜਿਹੜੇ ਲੈ ਕੇ ਆਏ, ਨਵੀਂ ਗਰੰਟੀਆਂ ਲੈ ਕੇ ਆਏ, ਪੁਰਾਣੀ ਗਰੰਟੀਆਂ ਦਾ ਕੀ ਹੋਇਆ, ਕੀ ਹੋਇਆ ਉਸ ਕੂੜੇ ਦੇ ਢੇਰ ਦਾ ਜਿਹਨੂੰ ਹਟਾਉਣ ਦੀ ਗੱਲ ਕੀਤੀ ਸੀਗੀ, ਕੀ ਹੋਇਆ ਇੱਥੇ ਜਿਹੜਾ ਅੱਜ ਇਲਜ਼ਾਮ ਲਗਾ ਰਹੇ ਹੈ, ਜਿਹੜੀ ਗੱਲ ਨੂੰ ਲੈ ਕੇ ਕਾਂਗਰਸ ਦੇ ਕੈਂਡੀਡੇਟ ਦੇ ਉੱਤੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਇਹਨਾਂ ਦੇ ਮੰਤਰੀ ਸਾਹਿਬ ਕਰਕੇ ਗਏ ਹੈ ਵੀ 1000 ਰੁਪਈਏ ਦਾ 1000 ਕਰੋੜ ਦਾ ਘੁਟਾਲਾ ਸਮਾਰਟ ਸਿਟੀ ਦੇ ਨਾਮ 'ਤੇ ਹੋਇਆ, ਕਿਉਂ ਨਹੀਂ ਕਾਰਵਾਈ ਹੋਈ, ਅੱਜ ਸਵਾਲ ਮੇਰਾ ਆ ਵੀ ਅੱਜ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਕਹਿ ਰਹੇ ਹੈ ਵੀ ਅਸੀਂ ਕਾਰਵਾਈ ਕਰਾਂਗੇ ਜਾਂ ਪੜਤਾਲ ਕਰਾਂਗੇ ਤਾਂ ਹੁਣ ਤਾਂ ਕਿਉਂ ਨਹੀਂ ਕੀਤਾ, ਇਹਨਾਂ ਗੱਲਾਂ 'ਤੇ ਜਵਾਬ ਦੇਣਾ ਪਊਗਾ। ਇਟ ਇਜ਼ ਨੋਟ ਅ ਵਨ ਆਫ ਵੀ ਆਹ ਸਿਰਫ ਹੁਣ ਹੋਇਆ, ਮੁੱਖ ਮੰਤਰੀ ਸਾਹਿਬ ਨੇ ਹਰੇਕ ਵਿਧਾਨ ਸਭਾ ਸੈਸ਼ਨ ਦੇ ਅੰਦਰ, ਹੁਣ ਤਾਂ ਆਇਆ ਤਾਂ ਚਲੋ ਕਾਂਗਰਸ ਦੇ ਡਿਪਟੀ ਮੇਅਰ ਰਹੇ ਹੋਣੇ ਹੈ, ਕਾਂਗਰਸ ਦੇ ਡਿਪਟੀ ਚੀਫ ਮਿਨਿਸਟਰਾਂ ਤੋਂ ਲੈ ਕੇ ਚੀਫ ਮਿਨਿਸਟਰ ਨਹੀਂ ਡਿਪਟੀ ਕਿਉਂ ਚੀਫ ਮਿਨਿਸਟਰ 'ਤੇ ਵੀ ਇਲਜ਼ਾਮ ਲਾਏ ਸੀਗੇ, ਚਾਹੇ ਉਸ ਟਾਈਮ ਸਦਨ 'ਚ ਨਹੀਂ ਸੀਗੇ, ਹੁਣ 2 ਕਰੋੜ ਰੁਪਈਏ ਇਹਨਾਂ ਨੇ ਕ੍ਰਿਕਟ ਦੇ ਇੱਕ ਕਿਸੇ ਤੋਂ ਲਏ ਵੀ ਨੌਕਰੀ ਦੇਊਂਗਾ,
ਚੀਫ ਮਿਨਿਸਟਰ, ਕਾਂਗਰਸ ਦੇ ਡਿਪਟੀ ਚੀਫ ਮਿਨਿਸਟਰ, ਕਾਂਗਰਸ ਦੇ ਮਿਨਿਸਟਰ, ਕਾਂਗਰਸ ਦੇ ਪ੍ਰਧਾਨ, ਕਾਂਗਰਸ ਦੇ CLP ਲੀਡਰ, ਸਾਰਿਆਂ ਦੇ ਇਹਨਾਂ ਨੇ ਕਿਹਾ ਇਲਜ਼ਾਮ ਲਗਾ ਕੇ ਸਾਰਿਆਂ ਨੂੰ ਮੈਂ ਜੇਲ੍ਹ 'ਚ ਧੱਕੂੰਗਾ। ਅੱਜ ਕੀ ਸਾਰੇ ਐਗਜ਼ੈਂਪਟ ਹੋ ਗਏ? ਅੱਜ ਕੀ ਭਗਵੰਤ ਮਾਨ ਜੀ ਉਸੇ ਗੱਲ 'ਤੇ ਖੜ੍ਹੇ ਹੈ ਵੀ ਮੈਂ ਭ੍ਰਿਸ਼ਟ ਕਿਸੇ ਨੂੰ ਰਹਿਣ ਨਹੀਂ ਦੇਣਾ? ਜਿਹੜੇ ਅੱਜ ਆ ਕੇ ਇੱਥੇ ਕਹਿ ਰਹੇ ਹੈ ਵੀ ਇਹ ਉਦੋਂ ਡਿਪਟੀ ਮੇਅਰ ਸੀਗੇ ਅਤੇ 1000 ਕਰੋੜ ਰੁਪਈਏ ਦਾ ਘੁਟਾਲਾ ਹੋਇਆ ਅਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ। ਭਗਵੰਤ ਮਾਨ ਜੀ, ਕੀ ਤੁਸੀਂ ਇਸ ਪੋਜੀਸ਼ਨ 'ਚ ਹੋ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਸਕੋਗੇ? ਆਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਵੀ ਉੱਥੇ ਕੇਜਰੀਵਾਲ ਸਾਹਿਬ ਫਿਰ ਤੋਂ CBI ਨੇ ਉਹਨਾਂ ਨੂੰ ਸ਼ਿਕੰਜੇ 'ਚ ਲੈ ਲਿਆ ਅਤੇ ਜਿਹੜੀ ਗੱਲ ਵਾਸਤੇ ਇਹਨਾਂ ਦਾ ਆਪਸ 'ਚ ਸਮਝੌਤਾ ਹੋਇਆ ਸੀ ਕਾਂਗਰਸ ਪਾਰਟੀ ਦਾ ਅਤੇ ਆਮ ਆਦਮੀ ਪਾਰਟੀ ਦਾ, ਉਹਦੇ ਮੱਦੇਨਜ਼ਰ ਕੀ ਹੁਣ ਸਾਰਿਆਂ ਨੂੰ ਤੁਸੀਂ ਕਲੀਨ ਚਿੱਟ ਦੇਤੀ? ਅਜੇ ਕੋਈ ਉਸ 'ਚ ਕਿੰਤੂ ਪਰੰਤੂ ਹੈ? ਕੀ ਬਣੂਗਾ ਟਰਾਂਸਪੋਰਟ ਮਿਨਿਸਟਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ? ਕੀ ਬਣੂਗਾ ਜਿਹੜੇ ਡਿਪਟੀ ਚੀਫ ਮਿਨਿਸਟਰ ਦੇ ਉੱਤੇ ਇਲਜ਼ਾਮ ਲੱਗੇ ਸੀਗੇ? ਕੀ ਬਣੂਗਾ ਜਿਹੜੇ ਉਸ ਸਮੇਂ ਦੇ 6 ਮਹੀਨੇ ਜਿਹੜੇ ਚੀਫ ਮਿਨਿਸਟਰ ਰਹੇ ਹੈ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ? ਕੀ ਉਹਨਾਂ ਦਾ ਕੋਈ ਸੌਦਾ ਕੀਤਾ ਜਾਊਗਾ ਵੀ ਕਾਂਗਰਸ ਪਾਰਟੀ ਕੇਜਰੀਵਾਲ ਸਾਹਿਬ ਦੀ ਮਦਦ ਕਰੇ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੋਈ ਬੇਲ ਜਾਂ ਕੋਈ ਛੁਟਕਾਰਾ ਦਿਵਾਵੇ? ਜਾਂ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆਹ ਜਿਹੜਾ ਖੇਡ ਅੱਜ ਵੀ ਚੱਲ ਰਿਹਾ ਵੀ ਅਸੀਂ ਇੱਥੇ ਆਹਮਣੇ ਸਾਹਮਣੇ ਲੜ ਰਹੇ ਹਾਂ ਅਤੇ ਦਿੱਲੀ ਜਾ ਕੇ ਉਹ ਸਾਰੇ ਇਕੱਠੇ ਹੋ ਕੇ ਕਰ ਰਹੇ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਗੁੰਮਰਾਹ ਕੀਤਾ ਗਿਆ ਅਤੇ ਅੱਜ ਫਿਰ ਗੁੰਮਰਾਹ ਕਰਨ ਵਾਸਤੇ ਇੱਥੇ ਜਿਹੜੇ ਆ ਰਹੇ ਆ, ਦੋਗਲਾ ਜਿਹੜਾ ਚਿਹਰਾ ਹੈ, ਦੋਗਲੀ ਜ਼ਬਾਨ, ਦੋਗਲਾ ਚਿਹਰਾ, ਉਹਦੇ ਉੱਤੇ ਚਾਨਣਾ ਪਾਉਣ ਦੀ ਜ਼ਰੂਰਤ ਹੈ ਮੇਰੀ ਅੱਜ, ਕਿਉਂਕਿ ਅਸੀਂ ਇਸ ਇਲੈਕਸ਼ਨ ਦੇ ਦੌਰਾਨ ਸਾਡੇ ਸਾਰੇ ਸਾਥੀਆਂ ਨਾਲ, ਸਾਡੇ ਸਾਰੇ ਫਰੰਟਲਾਈਨ ਜਿਹੜੀ ਸਾਡੇ ਕਾਰਿਆਕਰਤਾ ਹੈ ਜਿਨ੍ਹਾਂ ਨੇ ਵਾਰਡ ਲੈਵਲ 'ਤੇ, ਬੂਥ ਲੈਵਲ 'ਤੇ ਜਾ ਕੇ ਕੰਮ ਕਰਨਾ, ਉਹਨਾਂ ਸਾਰਿਆਂ ਨਾਲ ਜਾ ਕੇ ਅਸੀਂ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਕਿਹਾ ਕਿ ਬਹੁਤ ਹੀ ਅਹਿਮ ਆਹ ਮੌਕਾ ਹੈ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਸ਼ੰਕਾਵਾਂ ਦੂਰ ਕੀਤੀਆਂ ਜਾ ਸਕਦੀਆਂ, ਕਿਉਂਕਿ ਇੱਕ ਬੜਾ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਵੀ ਇਹਦੇ ਵਿੱਚ ਅਗਰ ਜੇ ਤੁਸੀਂ BJP ਦਾ ਉਮੀਦਵਾਰ MLA ਜਿਤਾ ਵੀ ਦਿਓਗੇ ਤਾਂ ਸਰਕਾਰ ਤਾਂ ਨਹੀਂ ਡਿੱਗਣ ਲੱਗੀ। ਮੈਂ ਆਹ ਕਹਿਣਾ ਚਾਹੁੰਦਾ ਵੀ ਸਰਕਾਰ ਚਾਹੇ ਡਿੱਗੇ ਚਾਹੇ ਨਾ ਡਿੱਗੇ, ਪਰ ਅਗਰ ਇੱਥੋਂ BJP ਦੇ ਕੈਂਡੀਡੇਟ ਦੇ ਤੌਰ 'ਤੇ ਸ਼ੀਤਲ ਅੰਗੁਰਾਲ ਜੀ ਜਿਤਾਇਆ, ਪੰਜਾਬ ਇੱਥੇ ਲੋਕ ਜਿਤਾਉਂਦੇ ਆ ਜਤਿੰਦਰ ਵੈਸ ਦੇ, ਇੱਕ ਮੈਂ ਗਰੰਟੀ ਕਰ ਸਕਦਾ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਨਹੀਂ ਰਹਿਣਗੇ, ਕਿਉਂਕਿ ਐਜ਼ ਇਟ ਇਜ਼ ਭਗਵੰਤ ਮਾਨ ਜੀ ਨੂੰ ਜਿਸ ਦਿਨ ਕੇਜਰੀਵਾਲ ਸਾਹਿਬ ਬਾਹਰ ਆ ਗਏ ਤਿਹਾੜ ਤੋਂ, ਉਸੇ ਦਿਨ ਪਹਿਲਾ ਸਵਾਲ ਹੋਊਗਾ ਵੀ ਕੀ ਹੋਇਆ ਤੁਹਾਡੇ 13-0 ਦਾ, ਉਹ 13-0 ਦੇ ਵਿੱਚ 10 ਕਿੱਧਰ ਗਈਆਂ? ਉਹ 10 ਸੀਟਾਂ ਦੇ ਬਾਰੇ 10 ਉਹ ਪੁੱਛਣ ਵਾਸਤੇ ਇਹਨਾਂ ਦੀ ਜਵਾਬਦੇਹੀ ਹੋਊਗੀ ਸਾਹਿਬ? ਉਹ ਜਵਾਬਦੇਹੀ ਟਾਲਣ ਵਾਸਤੇ ਅੱਜ ਆਮ ਆਦਮੀ ਪਾਰਟੀ ਦੇ ਮਿਨਿਸਟਰ, ਚੀਫ ਮਿਨਿਸਟਰਸ ਨੇ ਵੀ ਚੀਫ ਮਿਨਿਸਟਰ ਤੋਂ ਚਾਲੂ ਹੋਇਆ, ਉਹਨਾਂ ਨੇ ਆਪਣੀ ਕਮਜ਼ੋਰੀਆਂ ਢੱਕਣ ਵਾਸਤੇ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਲਾਇਆ। 10,000 ਕਹਿੰਦੇ ਤਬਾਦਲੇ ਅਸੀਂ ਡਰੱਗਸ ਦੇ ਨਾਲ ਰਿਲੇਟਿਡ ਇਸ਼ੂਜ਼ 'ਤੇ ਕੀਤੇ ਹੈ। ਉਹਦੇ ਬਾਅਦ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੇ ਕਿਹਾ, ਨਹੀਂ ਮੰਤਰੀ ਨੇ, ਮੈਂਬਰ ਆਫ ਪਾਰਲੀਮੈਂਟ ਸਾਹਿਬ ਨੇ ਕਿਹਾ, ਕਹਿੰਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਅਫਸਰ ਸੀਗੇ ਇਹਨਾਂ ਨੇ ਸਾਨੂੰ ਇਲੈਕਸ਼ਨ ਹਰਵਾ ਤਾ। ਇਹ ਸਾਰੇ ਦੇ ਸਾਰੇ ਅੱਜ ਇੱਕ ਦੂਜੇ ਦੇ ਉੱਤੇ ਇਲਜ਼ਾਮ ਫਰੋਸ਼ੀ ਕਰ ਰਹੇ ਹੈ ਅਤੇ ਆਹ ਇਲਜ਼ਾਮ ਫਰੋਸ਼ੀ ਸਿਰਫ ਆਮ ਆਦਮੀ ਪਾਰਟੀ ਤਾਂ ਸੀਮਿਤ ਨਹੀਂ, ਦੋ ਦੇ ਆਰ ਨੋ ਮੋਰ ਹੈ ਮੇਜਰ ਪਲੇਅਰ ਔਰ ਈਵਨ ਅ ਪਲੇਅਰ ਅੱਜ ਦੇ ਇਸ 22 ਇਲੈਕਸ਼ਨ ਦੇ ਅੰਦਰ। ਆਹ ਇਲਜ਼ਾਮ ਫਰੋਸ਼ੀ ਜਿਹੜੀ ਹੈ ਆਹ ਅਕਾਲੀ ਦਲ 'ਚ ਵੀ ਚੱਲ ਰਹੀ ਹੈ ਸਭ,
ਅੱਜ ਸਾਰੇ ਦਾ ਸਾਰਾ ਆਪਣੀ ਹਾਰ ਦਾ ਠੀਕਰਾ, ਇਹ ਆਪਣੀ ਅੱਜ ਜਿਹੜੀ ਸਥਿਤੀ 'ਚ ਅਕਾਲੀ ਦਲ ਖੜ੍ਹਾ ਹੈ, ਉਹ ਸਾਰਾ ਠੀਕਰਾ ਅੱਜ ਬੀਜੇਪੀ ਦੇ ਸਿਰ 'ਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਵਾਰ ਵਾਰ ਦੁਹਰਾਇਆ ਵੀ ਮੈਂ ਸਭ ਤੋਂ ਵੱਡਾ ਇਸ ਗੱਲ ਦਾ ਹਿਮਾਇਤੀ ਸੀਗਾ ਵੀ ਇੱਥੇ ਆਪਸ 'ਚ ਸਮਝੌਤਾ ਹੋ ਕੇ ਲੜਾਂਗੇ ਤਾਂ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ, ਪੰਜਾਬ ਦੇ ਭਵਿੱਖ ਵਾਸਤੇ ਬਿਹਤਰ ਹੈ, ਕਿਉਂਕਿ ਪਹਿਲਾਂ ਵੀ 96-97 'ਚ ਜਿਹੜਾ ਸਮਝੌਤਾ ਅਕਾਲੀ ਅਤੇ ਬੀਜੇਪੀ ਦਾ ਹੋਇਆ ਸੀਗਾ ਉਹ ਕੋਈ ਇੱਕ ਰਾਜਨੀਤਿਕ ਸਮਝੌਤਾ ਨਹੀਂ ਸੀਗਾ, ਉਹ ਇੱਕ ਸਮਾਜਿਕ ਅਤੇ ਇੱਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਸਾਡਾ ਜਿਹੜਾ ਭਾਈਚਾਰਕ ਸਾਂਝ ਸੀ ਉਹਨੂੰ ਬਰਕਰਾਰ ਰੱਖ ਸਕੀ, ਉਸ ਦ੍ਰਿਸ਼ਟੀ ਨਾਲ ਹੋਇਆ ਸੀਗਾ। ਅਤੇ ਉਸੇ ਨਜ਼ਰੀਏ ਨਾਲ ਮੈਂ ਫਿਰ ਦੁਬਾਰਾ, ਕਿਉਂਕਿ ਜਿਸ ਕਿਸਮ ਦੀ ਸੁੱਗ ਵਿਗਾਟ ਉਸ ਤੋਂ ਪਹਿਲਾਂ ਬਾਈ ਇਲੈਕਸ਼ਨ ਹੋ ਕੇ ਹਟਿਆ ਸੀਗਾ ਸੰਗਰੂਰ ਦਾ, ਅਤੇ ਜਿਹੜੇ ਨਤੀਜੇ ਸਾਹਮਣੇ ਆਏ ਸੀ ਉਹ ਇੱਕ ਚਿੰਤਾ ਦਾ ਵਿਸ਼ਾ ਸੀਗਾ। ਅਤੇ ਅੱਜ ਮੈਨੂੰ ਆਹ ਕਹਿੰਦੇ ਹੋਏ ਮੈਂ ਕੋਈ ਬਹਾਦਰੀ ਨਹੀਂ ਲੈ ਰਿਹਾ, ਮੈਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਵੀ ਜਿਹੜੇ ਮੇਰੇ ਖਦਸੇ ਸੀਗੇ ਉਹ ਖਦਸੇ ਸਾਰੇ ਸੱਚ ਸਾਬਤ ਹੋਏ। ਅੱਜ ਅਕਾਲੀ ਦਲ ਦੀ ਲੀਡਰਸ਼ਿਪ ਦੀ ਕਮਜ਼ੋਰੀ ਕਰਕੇ ਅੱਜ ਜੋ ਕੁਛ ਹੋ ਰਿਹਾ ਪੰਜਾਬ ਦੇ ਅੰਦਰ, ਜੋ ਕੁਛ ਵਾਪਰਿਆ, ਚਾਹੇ ਖਡੂਰ ਸਾਹਿਬ ਦੇ ਰਿਜ਼ਲਟ ਆਏ ਹੈ, ਚਾਹੇ ਫਰੀਦਕੋਟ ਦੇ ਆਏ ਹੈ, ਆਹ ਸੰਕੇਤ ਹੈ ਆਉਣ ਵਾਲੇ ਸਮੇਂ ਵਾਸਤੇ। ਕੋਈ ਇਹਨੂੰ ਅੱਖੋਂ ਪਰੋਖਾ ਕਰਨਾ ਚਾਹੇ, ਕਿਉਂਕਿ ਆਵਾਜ਼ਾਂ ਹੁਣੇ ਉੱਠਣ ਲੱਗੀਆਂ, ਚਾਹੇ ਗਿੱਦੜਵੇ ਤੋਂ ਕੋਈ ਨਾਮ ਆਇਆ, ਕੁਛ ਨਾਮ ਆ ਰਹੇ ਹੈ ਡੇਰਾ ਬਾਬਾ ਨਾਨਕ ਤੋਂ, ਅਤੇ ਅਜੇ ਨਾਮ ਕੁਛ ਆ ਰਿਹਾ ਬਰਨਾਲੇ ਤੋਂ, ਸਭ ਪੰਜਾਬ ਨੂੰ ਬਚਾਉਣ ਵਾਸਤੇ। ਚਾਹੇ ਲੋਕ ਕਹਿਣਗੇ ਵੀ ਸੁਨੀਲ ਜਾਖੜ ਕਿਹੜੇ ਰਾਗ ਛੇੜ ਕੇ ਬੈਠ ਗਿਆ, ਪਰ ਮੈਂ ਸਮਝਦਾ ਆਹ ਜਿਹੜਾ ਜਲੰਧਰ ਬਾਈ ਵੈਸਟ ਦਾ ਬਾਈ ਇਲੈਕਸ਼ਨ ਹੈ, ਆਹ ਇੱਕ ਮੈਸੇਜ ਦੇਣ ਦਾ ਟਾਈਮ ਹੈ ਜਲੰਧਰ ਵੈਸਟ ਦੇ ਵੋਟਰਸ ਕੋਲ ਵੀ ਅਸੀਂ ਚਿੰਤਿਤ ਪੰਜਾਬ ਦੇ ਭਵਿੱਖ ਦੇ ਵਾਸਤੇ ਹਾਂ। ਇਸ ਕਿਸਮ ਦੀ ਅਲਟਰਾ ਰੈਡੀਕਲ ਥਿੰਕਿੰਗ ਦੇ ਖਿਲਾਫ ਇੱਕ ਆਵਾਜ਼ ਭੇਜਣ ਦਾ ਮੌਕਾ ਹੈ। ਇੱਕ ਪਾਰਟੀਜ਼, ਚਾਹੇ ਹੁਣ ਤਾਂ ਆਮ ਆਦਮੀ ਪਾਰਟੀ ਵੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਬਣਾ ਕੇ ਲਈ ਫਿਰਦੀ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਦੇਸ਼ ਹੈ, ਇੱਕ ਮੈਸੇਜ ਭੇਜਣ ਦਾ ਹੈ ਵੀ ਪੰਜਾਬ ਦੇ ਲੋਕ ਅਮਨ ਸ਼ਾਂਤੀ ਸੇਫਟੀ ਸਿਕਿਉਰਿਟੀ ਆਫ ਲਾਈਫ ਉਹ ਸਭ ਤੋਂ ਜ਼ਿਆਦਾ ਮਹੱਤਤਾ ਦਿੰਦੇ ਹੈ। ਪੰਜਾਬ ਦੇ ਲੋਕ ਸਾਡੇ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਜਾਗਰੂਕ ਹੈ, ਉਹਦੇ ਵਾਸਤੇ ਖੜ੍ਹੇ ਹੈ। ਇਹਦੇ ਕਰਕੇ ਮੈਂ ਸਮਝਦਾ ਵੀ ਲੋਕਾਂ ਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ ਅੱਜ ਇੱਕ ਇਕੱਠੇ ਹੋ ਕੇ ਇਸ ਕਿਸਮ ਦੀ ਸੋਚ 'ਤੇ ਅਗਰ ਫੁੱਲ ਸਟੋਪ ਲਗਾਉਣਾ ਤਾਂ ਉਹਦੇ ਵਾਸਤੇ ਉਹਨਾਂ ਨੂੰ ਬੀਜੇਪੀ ਦੇ ਨਾਲ ਖੜ੍ਹਨਾ ਪਊਗਾ। ਬਿਕੋਜ਼ ਨਾ ਤਾਂ ਭਗਵੰਤ ਮਾਨ ਜੀ ਤੋਂ ਉਮੀਦ ਕੀਤੀ ਜਾ ਸਕਦੀ ਵੀ ਉਹ ਪੰਜਾਬ ਦੇ ਅੰਦਰ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਣਾ ਸਕਦੇ ਹੈ, ਕਿਉਂਕਿ ਜਿਹਨਾਂ ਦੇ DGP ਉਹਨਾਂ ਨੂੰ ਕੌਂਟਰਾਡਿਕਟ ਕਰ ਰਹੇ ਹੈ। ਮੈਨੂੰ ਆਹ ਕਹਿੰਦੇ ਹੋਏ ਸ਼ਰਮ ਆ ਰਹੀ ਹੈ ਕਿ ਇੱਕ ਚੀਫ ਮਿਨਿਸਟਰ ਨੂੰ ਆਊਟਰਾਈਟਲੀ DGP ਚੈਲੰਜ ਕਰ ਰਿਹਾ ਵੀ ਆਹ ਜਿਹੜੀ ਐਂਡ ਹੀ ਵਾਜ਼ ਰਾਈਟ ਆਲਸੋ, ਅਗਰ DGP ਯਾਦਵ ਨੇ ਉਹਨਾਂ ਨੇ ਕਿਹਾ ਅਤੇ ਉਹ ਬਿਲਕੁਲ ਸਹੀ ਸੀਗੇ ਵੀ ਆਹ ਜਿਹੜੀ ਟ੍ਰਾਂਸਫਰਸ ਹੋਈਆਂ ਦੇ ਐਡਮਿਨਿਸਟ੍ਰੇਟਿਵ ਟ੍ਰਾਂਸਫਰਸ ਹੈਜ਼ ਨਥਿੰਗ ਟੂ ਡੂ ਵਿਦ ਐਨੀਬਡੀ ਇਜ਼ ਲਿੰਕ ਵਿਦ ਡਰੱਗ ਡੀਲਰਸ। ਭਗਵੰਤ ਮਾਨ ਜੀ ਨੂੰ ਚੈਲੰਜ ਕੀਤਾ ਗਿਆ, ਭਗਵੰਤ ਮਾਨ ਜੀ ਅਗਰ ਮਾੜਾ ਮੋਟਾ ਕਿਤੇ ਸ਼ਰਮ ਹੁੰਦੀ ਤਾਂ ਹੀ ਸ਼ੁੱਡ ਹੈਵ ਆਈਦਰ ਰਿਜ਼ਾਈਨ, ਇਸ ਗੱਲ ਦੀ ਕੋਈ ਸਫਾਈ ਦਿੰਦੇ। ਅਤੇ ਦੂਜੇ ਪਾਸੇ ਜਿਹੜੇ ਭਗਵੰਤ ਮਾਨ ਜੀ ਇਸ ਕਾਬਲ ਹੀ ਨਹੀਂ ਕਿ ਜਿਹੜੇ ਲੋਕਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਆਵਾਮ ਦੇ ਕੰਸਰਨਸ ਰੱਖਣ ਦਾ ਜ਼ਿੰਮੇਵਾਰੀ ਲੀਡਰ ਆਫ ਅਪੋਜੀਸ਼ਨ ਅਤੇ ਉਹਨਾਂ ਦੀ ਅਪੋਜੀਸ਼ਨ ਪਾਰਟੀ 'ਤੇ ਹੈ, ਉਹ ਅਪੋਜੀਸ਼ਨ ਪਾਰਟੀ ਉਹਨਾਂ ਦੇ ਪੈਰਾਂ 'ਚ ਅੱਜ ਵੀ ਡਿੱਗੀ ਪਈ ਹੈ। ਬਿਕੋਜ਼ ਮੇਰਾ ਮੰਨਣਾ ਹੈ ਚਾਹੇ ਉਹ ਉਸ ਸਮੇਂ ਦੇ ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ, ਟਰਾਂਸਪੋਰਟ ਮਿਨਿਸਟਰ, ਅੱਜ MP ਜ਼ਰੂਰ ਬਣ ਗਏ ਹੋਣੇ ਸਭ, ਬਟ MPs ਨੂੰ
ਕੋਈ ਇਸ ਕਿਸਮ ਦੀ ਕੋਈ ਰਿਆਇਤ ਹੈ ਨਹੀਂ ਵੀ ਉਹਨਾਂ ਦੇ ਉੱਤੇ ਪਰਚਾ ਵਿਜੀਲੈਂਸ ਨੇ ਨਹੀਂ ਕਰ ਸਕਦਾ। ਉਹ ਸਾਰੇ ਦੇ ਸਾਰੇ ਉਸੇ ਗੱਲ 'ਤੇ ਮੈਂ ਪਹਿਲਾਂ ਚਾਲੂ ਕੀਤਾ ਸੀ ਭਗਵੰਤ ਮਾਨ ਜੀ ਨੂੰ, ਉਹ ਵੀ ਕਲੈਰੀਫਾਈ ਕਰਨਾ ਪਊਗਾ ਵੀ ਉਹ ਕੇਸਿਸ ਚੱਲਣਗੇ ਜਾਂ ਨਹੀਂ ਚੱਲਣਗੇ, ਜਾਂ ਇੱਥੇ ਤੁਸੀਂ ਡਿਪਟੀ ਮੇਅਰ ਜਿਹੜੇ ਹੈਗੇ ਸਾਡੇ ਕਾਂਗਰਸ ਦੇ ਕੈਂਡੀਡੇਟ ਉਹਨਾਂ ਨੂੰ ਉਸੇ ਕਿਸਮ ਦੀਆਂ ਗਿੱਦੜ ਭਬਕੀਆਂ ਦੇ ਰਹੇ ਹੋ। ਇਹਦੇ ਕਰਕੇ ਮੈਂ ਅੱਜ ਆਹ ਬੇਨਤੀ ਕਰਨ ਆਇਆ ਜਲੰਧਰ ਦੇ ਲੋਕਾਂ ਨੂੰ, ਖਾਸ ਤੌਰ 'ਤੇ ਜਲੰਧਰ ਵੈਸਟ ਦੇ ਲੋਕਾਂ ਨੂੰ, ਵੀ ਆਹ ਲੜਾਈ ਸਿਰਫ ਇੱਕ ਸ਼ੀਤਲ ਅੰਗਰਾਲ ਦੀ ਇਹਨਾਂ ਦੇ ਖਿਲਾਫ ਨਹੀਂ, ਆਹ ਲੜਾਈ ਪੰਜਾਬ ਦੇ ਭਵਿੱਖ ਵਾਸਤੇ ਇੱਕ ਸੁਨੇਹਾ ਦੇਣ ਦੀ ਹੈ। ਇਸ ਇਲੈਕਸ਼ਨ ਦੇ ਜ਼ਰੀਏ ਦੇਈਏ ਤਾਂ ਕਿ ਇਹਨਾਂ ਸਾਰੀ ਪਾਰਟੀਜ਼ ਨੂੰ ਵੀ ਅਕਲ ਆਵੇ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ। ਉਹਨਾਂ ਨੇ ਐਜ਼ ਏ ਚੀਫ ਮਿਨਿਸਟਰ ਭਗਵੰਤ ਮਾਨ ਜੀ ਹੈਜ਼ ਫੇਲਡ ਮਿਜ਼ਰੇਬਲੀ, ਐਂਡ ਕਾਂਗਰਸ ਪਾਰਟੀ ਐਜ਼ ਏ ਅਪੋਜੀਸ਼ਨ ਪਾਰਟੀ ਇਨ ਪੰਜਾਬ ਹੈਜ਼ ਫੇਲਡ ਈਵਨ ਮੋਰ ਮਿਜ਼ਰੇਬਲੀ ਦੈਨ ਭਗਵੰਤ ਮਾਨਜ਼ ਗਵਰਨਮੈਂਟ ਇਟਸੈਲਫ। ਇਸ ਕਰਕੇ ਮੈਂ ਤੁਹਾਡੇ ਨਾਲ ਆਹੀ ਗੱਲ ਸਾਂਝੀ ਕਰਨਾ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਕਾਲੀ ਦਲ ਦੇ ਨੇਤਾਵਾਂ ਨੇ ਕੱਲ੍ਹ ਰੋਕ ਲਿਆ ਹੈ, ਅਸੀਂ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਤੋਂ, ਸਰਬਜੀਤ ਦੇ ਪਰਿਵਾਰ ਤੋਂ ਤੇ ਸਿਮਰਜੀਤ ਸਿੰਘ ਮਾਨ ਦੇ ਪਰਿਵਾਰ ਤੋਂ ਮਦਦ ਮੰਗਦੇ ਹਾਂ। ਕੌਣ ਮੰਗ ਰਹੇ? ਅਕਾਲੀ ਦਲ ਦੀ ਉਮੀਦਵਾਰ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਕਿਉਂਕਿ ਲੋਕਲ ਲੀਡਰਸ਼ਿਪ ਨੇ ਮਨਾ ਕਰਤਾ ਸਪੋਰਟ ਕਰਨ ਨੂੰ। ਉਹ ਕਹਿੰਦੇ ਸਾਡੇ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਦਦ ਕਰੇ ਜਾਂ ਹੋਰ ਜਿਹੜੇ ਹੈਗੇ ਸਰਬਜੀਤ ਖਾਲਸਾ ਉਹਨਾਂ ਦਾ ਪਰਿਵਾਰ ਮਦਦ ਕਰੇ। ਦੇਖੋ ਆਪਣੇ ਆਪ 'ਚ ਇੱਕ ਇਜ਼ ਅ ਸੈਡ ਕਮੈਂਟਰੀ, ਸੈਡ ਇਹਨੂੰ ਚਾਹੇ ਕਿਸੇ ਪਾਸੇ ਲੈ ਲਓ, ਇਜ਼ ਅ ਸੈਡ ਕਮੈਂਟਰੀ ਵੀ ਕਿੱਥੇ ਆ ਕੇ ਪੰਜਾਬ ਦੀ ਸਿਆਸਤ ਆ ਕੇ ਖੜਦੀ ਸਭ। ਅੱਜ ਚਾਹੇ ਉਹਨਾਂ ਨੇ ਮੰਗ ਕਿਸੇ ਤੋਂ ਕੀਤੀ ਹੈ, ਪਰ ਇਹਦਾ ਜਵਾਬ ਮੈਨੂੰ ਲੱਗਦਾ ਹੈ ਵੀ ਜਿਹੜੇ ਉਸ ਕੁਰਸੀ ਨਾਲ ਜਿਹੜਾ ਰੌਲਾ ਜਿਸ ਕੁਰਸੀ ਦਾ ਪਿਆ ਖੜਾ ਹੈ ਪ੍ਰਧਾਨਗੀ ਦਾ, ਅਕਾਲੀ ਦਲ ਦੀ ਪ੍ਰਧਾਨਗੀ ਦਾ, ਇਹ ਜਵਾਬ ਉਸ ਕੁਰਸੀ ਦਾ ਦੇਣਾ ਬਣਦਾ। ਮੈਂ ਅੱਜ ਕਿਸੇ ਦਾ ਨਾਮ ਲੈਣ ਤੋਂ ਇਸ 'ਤੇ ਕਤਰਾ ਰਿਹਾ ਵੀ ਉਹ ਕਹਿਣਗੇ ਵੀ ਸੁਨੀਲ ਕੁਮਾਰ ਇੱਕ ਪਾਰਟੀ ਦੇ ਖਿਲਾਫ਼ ਬੋਲਦਾ, ਦੂਜੀ ਪਾਰਟੀ ਦੇ ਖਿਲਾਫ਼ ਹੈ, ਤਾਂ ਉਹਨਾਂ ਨੂੰ ਸ਼ਾਇਦ, ਕਿਉਂਕਿ ਉਹਨਾਂ ਦੇ ਇਲਜ਼ਾਮ ਸਾਡੇ 'ਤੇ ਲੱਗਦਾ ਵੀ ਆਹ ਬੀ ਟੀਮ ਹੈ ਬੀਜੇਪੀ ਦੀ। ਅੱਜ ਸਾਰੇ ਦਾ ਸਾਰਾ ਜਿਹੜਾ ਠੀਕਰਾ ਫੋੜਿਆ ਜਾ ਰਿਹਾ ਉਹ ਬੀਜੇਪੀ ਦੇ ਸਿਰ 'ਤੇ ਫੋੜਿਆ ਜਾ ਰਿਹਾ। ਇਹਦੇ ਵਾਸਤੇ ਮੈਂ ਕੁਛ, ਮੈਨੂੰ ਇੰਨਾ ਕੁ ਅਹਿਸਾਸ ਸੀਗਾ ਆਇਆ ਤਾਂ ਮੈਂ ਅੱਜ ਇਲੈਕਸ਼ਨ ਮੀਟਿੰਗ 'ਚ ਸੀਗਾ, ਪਰ ਕਿਉਂਕਿ ਇਹ ਕਰੰਟ ਇਸ਼ੂ ਹੈ ਇਹਦੇ ਕਰਕੇ ਮੈਂ ਕੁਛ ਇੱਕ ਡਾਕੂਮੈਂਟ ਨਾਲ ਲੈ ਕੇ ਆਇਆ ਸਾਹਿਬ, ਮੈਂ ਜਿਹੜਾ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਵੀ ਸ਼ੇਅਰ ਕਰਨਾ ਚਾਹੂੰਗਾ, ਅਤੇ ਅਕਾਲੀ ਦਲ ਦੇ ਦੋਨੋਂ ਧਿਰ 'ਚ ਕਿਹੜੀ ਏ ਹੈ ਕਿਹੜੀ ਬੀ ਹੈ ਉਹਨਾਂ ਨਾਲ ਵੀ ਮੈਂ ਸਾਂਝਾ ਕਰਨਾ ਚਾਹੂੰਗਾ ਵੀ ਅੱਜ ਜਿਹੜਾ ਤੁਹਾਡੀ ਖਦਸੇ ਬੀਜੇਪੀ ਦੇ ਪ੍ਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਅਤੇ ਜਿਹੜੇ ਉਜਾਗਰ ਹੋ ਰਹੇ ਉਹਨਾਂ ਵਾਸਤੇ ਮੈਂ ਤੁਹਾਨੂੰ ਇੱਕ ਸਾਂਝਾ ਕਰਨਾ ਚਾਹੂੰਗਾ। ਪਲੀਜ਼ ਬੇਅਰ ਵਿਦ ਮੀ। ਮੇਰੇ ਕੋਲ ਇੱਕ ਡਾਕੂਮੈਂਟ ਹੈ, ਇਹ ਜੀ ਕੌਮੀ ਸੇਵਾ ਅਵਾਰਡ। ਆਹ ਦਰਅਸਲ ਹੈ ਤਾਂ ਬੜਾ ਲੰਬਾ ਚੌੜਾ, ਬਹੁਤ ਹੀ ਇਸ 'ਚ ਕਸੀਦੇ ਪੜ੍ਹੇ ਗਏ ਹੈ। ਆਹ ਅਸੀਂ 550ਵੇਂ ਪ੍ਰਕਾਸ਼ ਪੁਰਬ ਦੇ ਅਤੇ ਸਿੱਖ ਸੰਗਤਾਂ ਨੇ ਇਸ ਨੂੰ, ਇਸ ਤੋਂ ਵੱਡੀ ਰੱਬੀ ਦਾਤ ਹੋਰ ਕੀ ਮਿਲ ਸਕਦੀ ਸੀ ਕਿ ਦੇਸ਼ ਦਾ ਕੋਈ ਮੁਖੀਆ। ਇੱਕ ਮਿੰਟ ਸਾਹਿਬ, ਪਲੀਜ਼ ਇੱਕ ਮਿੰਟ ਚੁੱਪ ਕਰਿਓ, ਕਿਉਂਕਿ ਬੜਾ ਇੰਪੋਰਟੈਂਟ ਹੈ ਜਿਹੜੀ ਆ ਲਾਈਨ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਜਾਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖ ਸੰਗਤਾਂ ਨੂੰ ਇਸ ਤੋਂ ਵੱਡੀ ਰੱਬੀ ਦਾਤ ਹੋਰ ਕੀ ਮਿਲ ਸਕਦੀ ਸੀ ਕਿ ਦੇਸ਼ ਦਾ ਕੋਈ ਮੁਖੀਆ ਮਸੀਹਾ ਬਣ ਕੇ ਸਿੱਖ ਜਗਤ ਦੀ ਇਸ ਸਦਰ ਨੂੰ ਪੂਰੀ ਕਰਨ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਿਕ ਦਲੇਰੀ ਦਾ ਮੁਜ਼ਾਹਰਾ ਕਰੇ। ਇਹ ਗੁਰੂ ਦੀ ਮਿਹਰ ਸਦਕਾ ਹੀ ਹੋ ਸਕਦਾ ਹੈ ਕਿ ਆਸਥਾ, ਵਿਸ਼ਵਾਸ ਅਤੇ ਮਾਨਵਤਾ ਲਈ ਪ੍ਰੇਮ ਵਾਲੇ ਇਸ ਲਾਂਘੇ ਨੂੰ ਖੁਲਵਾਉਣ ਦੀ ਖੁਸ਼ੀ ਦੀ ਬਖਸ਼ਿਸ਼ ਕਿਸੇ ਅਜਿਹੇ ਪ੍ਰਾਣੀ ਨੂੰ ਹੀ ਨਸੀਬ ਹੋਏ ਜੋ ਆਪ ਵੀ ਸਿੱਖੀ ਨਾਲ ਡੂੰਘੇ ਪ੍ਰੇਮ
ਅਤੇ ਗੁਰੂ ਚਰਨਾਂ ਪ੍ਰਤੀ ਅਥਾਹ ਸ਼ਰਧਾ ਵਿੱਚ ਓਤਪ੍ਰੋਤ ਹੋਏ। ਇਸੇ ਸ਼ਰਧਾ ਦੀ ਮਿਸਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨੂੰ ਮਨਾਉਣ ਵਿੱਚ ਪਾਏ ਜਾ ਰਹੇ ਬੇਮਿਸਾਲ ਯੋਗਦਾਨ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸ਼ੁਰੂ ਕਰਨ ਅਤੇ ਗੁਰੂ ਸਾਹਿਬ ਦੀ ਮੁੱਢਲੀ ਕਰਮ ਭੂਮੀ ਸੁਲਤਾਨਪੁਰ ਲੋਧੀ ਅਤੇ ਅਤਿ ਆਧੁਨਿਕ ਸਮਾਰਟ ਸਿਟੀ ਬਣਾਉਣ ਸਮੇਤ ਸੁਲਤਾਨਪੁਰ ਲੋਧੀ ਨੂੰ ਅਤਿ ਆਧੁਨਿਕ ਸਮਾਰਟ ਸਿਟੀ ਬਣਾਉਣ ਸਮੇਤ ਸਿੱਖ ਕੌਮ ਨਾਲ ਸੰਬੰਧਿਤ ਚਿਰਾਂ ਤੋਂ ਲਟਕਦੇ ਦੁਖਦਾਈ ਮਸਲਿਆਂ ਨੂੰ ਹੱਲ ਕਰਨ ਲਈ ਚੁੱਕੇ ਅਨੇਕ ਕਦਮਾਂ ਤੋਂ ਮਿਲਦੀ ਹੈ। ਸਮੂਹ ਸਿੱਖ ਜਗਤ ਵੀ ਇਸ ਤੀਬਰ ਇੱਛਾ ਅਤੇ ਅਰਦਾਸ ਹੋਵੇਗੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਹਮੇਸ਼ਾ ਸਿੱਖ ਕੌਮ ਦੇ ਪਿਆਰ, ਸਤਿਕਾਰ ਅਤੇ ਵਿਸ਼ਵਾਸ ਦਾ ਪਾਤਰ ਬਣੇ ਰਹਿਣ। ਸਭ ਇਹਨੂੰ ਮੈਂ ਸਾਰੇ ਨੂੰ ਪੜ੍ਹਾਂ, ਮੈਂ ਤੁਹਾਨੂੰ ਸਾਰਿਆਂ ਨੂੰ ਕਾਪੀਜ਼ ਦੇਊਂਗਾ। ਇਹਦੇ ਵਿੱਚ ਕਹਿੰਦੇ, ਬੀਤੇ ਸਮੇਂ ਵਿੱਚ ਕਰਤਾਰਪੁਰ ਸਾਹਿਬ ਲਈ ਲਾਂਘੇ ਦੇ ਰਾਹ ਵਿੱਚ ਉਹਨਾਂ ਸ਼ਕਤੀਆਂ ਵੱਲੋਂ ਵੀ ਅਧਿਕ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਸਨ, ਜੋ ਕਿ ਉੱਪਰੀ ਲੋਕ ਦਿਖਾਵੇ ਵਾਸਤੇ ਇਸ ਲਾਂਘੇ ਦੇ ਹੱਕ ਦੀ ਗਲਤ ਕਰਦੇ ਆਏ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਤਣਾਓ ਅਤੇ ਕਈ ਹੋਰ ਅਨਸੁਖਾਵੇਂ ਪਹਿਲਾਂ ਨੂੰ ਦਲੇਰੀ ਨਾਲ ਦਰਕਿਨਾਰ ਕਰਕੇ ਸਿੱਖ ਕੌਮ ਦੇ ਮਨਾਂ ਦੇ ਅੰਦਰ ਆਪਣਾ ਪਾਵਨ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਦਰ ਨੂੰ ਪੂਰਾ ਕਰਨ ਨੂੰ ਤਜਰੀ ਦਿੱਤੀ। ਇਸ ਲਾਂਘੇ ਨੂੰ ਸ਼ੁਰੂ ਕਰਕੇ ਉਹਨਾਂ ਨੇ ਇਸ ਮਹਾਨ ਪ੍ਰਕਾਸ਼ ਪੁਰਬ ਅਤੇ ਸਿੱਖ ਕੌਮ ਦੇ ਦਿਲਾਂ 'ਚ ਢੁੱਕਵਾਂ ਤੋਹਫ਼ਾ ਦਿੱਤਾ ਹੈ। ਉਸ ਲਈ ਸਮੁੱਚਾ ਖਾਲਸਾ ਪੰਥ ਉਹਨਾਂ ਨੂੰ ਕੋਟਨ ਕੋਟ ਕੋਟ ਧੰਨਵਾਦ ਕਰਦਾ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਕੌਮ ਪ੍ਰਤੀ ਸਨੇਹ ਅਤੇ ਸਤਿਕਾਰ ਅਤੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਆਸਥਾ ਪ੍ਰਗਟ ਕਰਨ ਲਈ ਸਾਡੇ ਵਿੱਚ ਬਿਰਾਜਮਾਨ ਹਨ। ਉਹਨਾਂ ਨੇ 2014 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਸਾਰ ਹੀ ਤੁਰੰਤ ਠੋਸ ਫੈਸਲੇ ਲੈ ਕੇ, ਗੱਲ ਸੁਣਿਓ ਸਾਹਿਬ ਜਰਾ, ਉਹਨਾਂ ਨੇ ਤੁਰੰਤ ਠੋਸ ਫੈਸਲੇ ਲੈ ਕੇ 1984 ਵਿੱਚ ਸਿੱਖ ਕੌਮ ਉੱਤੇ ਵਾਪਰੇ ਮਹਾਨ ਦੁਖਾਂਤ ਅਤੇ ਸ਼ਰਮਨਾਕ ਪਾਪ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਕੇ ਸਜ਼ਾਵਾਂ ਦਿਵਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਸੀਗਾ। ਜਿਸ ਦੇ ਸਿੱਟੇ ਵਜੋਂ 86 ਸਰਪ੍ਰਸਤੀ ਵਾਲੇ ਵੱਡੇ ਹਥਿਆਰਿਆਂ ਨੂੰ ਸਮੇਤ ਕਈ ਕਾਤਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟੇ ਗਏ ਨੇ ਅਤੇ ਕਈ ਹੋਰ ਕਾਨੂੰਨ ਦੀ ਗ੍ਰਿਫਤ ਹੇਠ ਆ ਰਹੇ ਹਨ। ਇਸ ਦੇ ਇਲਾਵਾ ਮੋਦੀ ਸਰਕਾਰ ਵੱਲੋਂ ਹਰ ਪੀੜਿਤ ਪਰਿਵਾਰ, ਜਿਨ੍ਹਾਂ ਦੀ ਗਿਣਤੀ ਕੋਈ 3,500 ਹੈ, ਨੂੰ 5-5 ਲੱਖ ਰੁਪਈਏ ਦੀ ਰਾਹਤ ਵੀ ਦਿੱਤੀ ਗਈ ਹੈ। ਸਭ ਇਹੋ ਹੀ BJP ਹੈ, ਇਹੋ ਹੀ, ਮੈਂ ਆਖਰੀ ਤੁਹਾਨੂੰ ਪੜ੍ਹ ਦੇਣਾ ਇਹਦੇ ਵਿੱਚ, ਪਿਛਲੇ ਕੁਛ ਸਰਕਾਰਾਂ ਦੌਰਾਨ ਪੰਜਾਬ ਦੇ ਕਾਲੇ ਦਿਨਾਂ ਦੀ ਆੜ ਹੇਠ ਵਿਦੇਸ਼ਾਂ ਵਿੱਚ ਹਜ਼ਾਰਾਂ ਪ੍ਰਵਾਸੀ ਸਿੱਖ ਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕਾਲੀਆਂ ਸੂਚੀਆਂ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਸੀ। ਮੋਦੀ ਸਾਹਿਬ ਨੇ ਉਹ ਕਾਲੀਆਂ ਸੂਚੀਆਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਆਹ ਫੈਸਲਾ ਲਿਆ ਕਿ ਜਿਹੜੇ ਸਿੱਖ ਵੀਰ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਸਰਕਾਰੀ ਤਸ਼ੱਦਦ ਕਾਰਨ ਬਾਹਰਲੇ ਮੁਲਕਾਂ ਵਿੱਚ ਬਤੌਰ ਸ਼ਰਨਾਰਥੀ ਰਹਿ ਰਹੇ ਹਨ, ਉਹਨਾਂ ਦੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਭਾਰਤ ਦਾ ਵੀਜ਼ਾ ਜਾਰੀ ਕੀਤਾ ਜਾਵੇ। ਇਸੇ ਤਰ੍ਹਾਂ ਅੱਗੇ ਜਾ ਕੇ ਉਹ ਲਿਖਦੇ ਹੈ ਕਿ ਪੰਥ ਵੱਲੋਂ ਮਹਾਰਾਜ ਦੇ ਪਾਵਨ ਨਿਸ਼ਾਨ ਜੁਗੋ ਜੁਗ ਝੁਲਦੇ ਰੱਖਣ ਹਿੱਤ ਕੀਤੀਆਂ ਗਈਆਂ ਇਤਿਹਾਸਕ ਅਤੇ ਜ਼ਰੂਰਤਮੰਦਾਨਾ ਪਹਿਲਕਦਮੀਆਂ ਅਤੇ ਕੌਮ ਪ੍ਰਤੀ ਉਹਨਾਂ ਦੇ ਉਸਾਰੂ ਅਤੇ ਨਿੱਘੀ ਦੋਸਤਾਨਾ ਸੋਚ
ਅਤੇ ਭਾਵਨਾ ਅਤੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਸਨਮਾਨ ਲਈ ਉਹਨਾਂ ਵੱਲੋਂ ਮਾਰੇ ਗਏ ਹੋਰ ਬੇਹੱਦ ਅਹਿਮ ਹਮਲਿਆਂ ਨੂੰ ਮੁੱਖ ਰੱਖਦਿਆਂ ਖਾਲਸਾ ਪੰਥ ਦੀ ਸਿਰਮੌਰ ਨੁਮਾਇੰਦਾ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵਕਾਰੀ ਕੌਮੀ ਸੇਵਾ ਅਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਅਤੇ ਖੁਸ਼ੀ ਮਹਿਸੂਸ ਕਰਦੀ ਹੈ ਸਭ। ਆਹ ਐਸ ਜੀ ਪੀ ਸੀ ਨੇ ਇਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਨਾਲ ਇਹਨਾਂ ਦੇ ਭਾਈਵਾਲਤਾ ਸੀਗੀ, ਨੂੰ ਮਾਸ ਦਾ ਰਿਸ਼ਤਾ ਸੀਗਾ, ਉਹਨਾਂ ਨੂੰ ਦਿੱਤਾ ਸੀਗਾ ਅਤੇ ਅੱਜ ਪ੍ਰਧਾਨ ਸਾਹਿਬ ਨੂੰ ਸਾਰੇ ਦੇ ਸਾਰੇ ਨੁਕਸ ਬੀ ਜੇ ਪੀ 'ਚ ਨਜ਼ਰ ਆ ਰਹੇ ਹੈ। ਮੇਰੀ ਬੇਨਤੀ ਅੱਜ ਵੀ ਫਿਰ ਆਈ ਹੈ, ਵਿਨਮਰ ਬੇਨਤੀ ਹੈ, ਆਹ ਜੋ ਕੁਛ ਅੱਜ ਅਕਾਲੀ ਦਲ ਦੇ ਵਿੱਚ ਵਾਪਰ ਰਿਹਾ ਹੈ, ਫਸਟ ਐਂਡ ਫੋਰਮੋਸਟ ਨਾ ਤਾਂ ਅਕਾਲੀ ਦਲ ਨੂੰ ਡਰਨ ਦੀ ਲੋੜ, ਨਾ ਹੀ ਭਗਵੰਤ ਮਾਨ ਜੀ ਅਤੇ ਆਮ ਆਦਮੀ ਪਾਰਟੀ ਨੂੰ ਡਰਨ ਦੀ ਲੋੜ। ਬੀ ਜੇ ਪੀ ਦਾ ਕੋਈ ਲੈਣਾ ਦੇਣਾ ਨਹੀਂ ਸਰ, ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਦੀ ਹੈ ਜਾਂ ਭਗਵੰਤ ਮਾਨ ਜੀ ਬਦਲੇ ਜਾਂਦੇ ਹੈ, ਉਹ ਆਪਣੀ ਗਲਤੀਆਂ, ਆਪਣੀ ਕਮਜ਼ੋਰੀਆਂ, ਆਪਣੇ ਜਿਹੜੇ ਵਾਅਦੇ ਜਿਹੜੇ ਨੇ ਨਹੀਂ ਇਹਨਾਂ ਨੇ ਵਫਾ ਕੀਤੇ ਅਤੇ ਜਿਸ ਤਰ੍ਹਾਂ ਆਪਣੇ ਐਮ ਐਲ ਏ ਨੂੰ ਰੱਖਿਆ ਉਹਦੇ ਕਰਕੇ ਜਾਣਗੇ। ਅਤੇ ਅੱਜ ਜਿੱਥੇ ਇਹਨਾਂ ਦੇ ਵਿੱਚ ਆਪਸ 'ਚ ਖਿੱਚੋ ਧੂ ਚੱਲ ਰਹੀ ਹੈ, ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿਉਂਕਿ ਬਹੁਤ ਵੱਡੇ ਸਿਆਸਤਦਾਨ ਹੈ, ਦੋ ਵਾਰੀ ਡਿਪਟੀ ਚੀਫ ਮਿਨਿਸਟਰ ਰਹਿ ਲਏ ਅਕਾਲੀ ਦਲ ਵਰਗੀ ਇੱਕ ਮਹਾਨ ਪਾਰਟੀ ਦੇ ਪ੍ਰਧਾਨ ਵੀ ਹੈ। ਆਹ ਜਿਹੜਾ ਤੁਸੀਂ ਜਿਸ ਨੂੰ ਓਪਰੇਸ਼ਨ ਲੋਟਸ ਕਹਿ ਰਹੇ ਹੋ, ਉਹ ਸਭ ਓਪਰੇਸ਼ਨ ਲੋਟਸ ਨਹੀਂ, ਉਹ ਓਪਰੇਸ਼ਨ ਬੀ ਜੇ ਪੀ ਦਾ ਨਹੀਂ, ਉਹ ਓਪਰੇਸ਼ਨ ਪੰਜਾਬ ਦੇ ਲੋਕਾਂ ਨੇ ਕੀਤਾ ਹੈ। ਇਸ ਓਪਰੇਸ਼ਨ ਦਾ ਨਾਮ ਲੋਟਸ ਨਹੀਂ, ਇਸ ਓਪਰੇਸ਼ਨ ਦਾ ਨਾਮ ਹੈ ਕਟਿੰਗ ਦੈਮ ਟੂ ਸਾਈਜ਼। ਇਹਨਾਂ ਨੂੰ ਸ਼ੀਸ਼ਾ ਦਿਖਾਇਆ ਹੈ ਸਾਹਿਬ, ਅਕਾਲੀ ਦਲ ਨੂੰ ਸ਼ੀਸ਼ਾ ਦਿਖਾਇਆ ਹੈ ਪੰਜਾਬ ਦੇ ਲੋਕਾਂ ਨੇ ਵੀ ਤੁਸੀਂ ਕਿੱਥੇ ਖੜ੍ਹੇ ਹੋ। ਅੱਜ ਇਹਨਾਂ ਨੂੰ ਦਰਸਾਤਾ ਜਿਹੜੀ ਗੱਲ ਮੈਂ ਜਿਸ ਦਿਨ ਪ੍ਰਧਾਨ ਬਣਿਆ ਸੀਗਾ ਬੀ ਜੇ ਪੀ ਦਾ ਅਤੇ ਪਹਿਲੀ ਮੀਟਿੰਗ 'ਚ ਜਿਹੜੀ ਗੱਲ ਮੈਂ ਕਹੀ ਸੀਗੀ ਵੀ ਜੇ ਆਹ ਇਕੱਠੇ ਚੱਲਣਾ ਹੈ ਤਾਂ ਪੰਜਾਬ ਦੇ ਅੰਦਰ ਛੋਟਾ ਭਰਾ ਵੱਡਾ ਭਰਾ ਵਾਲਾ ਜਿਹੜਾ ਸਿੰਡਰੋਮ ਹੈ ਖਤਮ ਕਰਨਾ ਪਊਗਾ। ਸ਼ਾਇਦ ਉਹ ਗੱਲ ਉਹਨਾਂ ਨੂੰ ਚੁਭੀ, ਪਰ ਅੱਜ ਪੰਜਾਬ ਦੇ ਲੋਕਾਂ ਨੇ ਦਿਖਾ ਤਾ ਵੀ ਛੋਟਾ ਕੌਣ ਹੈ ਅਤੇ ਵੱਡਾ ਕੌਣ ਹੈ। ਅਸੀਂ ਤਾਂ ਬਰਾਬਰੀ ਦੀ ਗੱਲ ਕਰਦੇ ਸੀ। ਆਹ ਮਸਲਾ 13% ਜਾਂ 19% ਦਾ ਨਹੀਂ ਹੈ ਸਾਹਿਬ, ਆਹ ਮਸਲਾ ਹੈ ਵੀ ਕੀ ਆੜ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੱਕ ਐਡੇ ਮੱਲ ਮਾਰਨ ਵਾਲਾ ਸਮਝ ਰਹੇ ਸੀ ਵੀ ਜਿਹੜਾ ਅਹੰਕਾਰ ਵਾਪਰਿਆ ਸੀਗਾ ਉਹ। ਇਹਨਾਂ ਗੱਲਾਂ ਨੂੰ ਮੈਂ ਅੱਜ ਕਰਨਾ ਨਹੀਂ ਚਾਹੁੰਦਾ ਕਿਉਂਕਿ ਮੇਰਾ ਮੰਨਣਾ ਹੈ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਸਿਰ ਜੋੜ ਕੇ ਬੈਠ ਕੇ ਆਹ ਜਿਹੜੀ ਅਲਟਰਾ ਕਿਸਮ ਦੀ ਸੋਚ ਆ ਰਹੀ ਹੈ, ਜਿਹੜੀ ਰੈਡੀਕਲ ਕਿਸਮ ਦੀ ਸੋਚ ਪੰਜਾਬ 'ਚ ਕਰ ਰਹੀ ਹੈ, ਉਹਦੇ ਖਿਲਾਫ਼ ਆਪਾਂ ਨੂੰ ਬੈਠ ਕੇ ਇਹਦਾ ਹੱਲ ਕਰਨਾ ਪਊਗਾ। ਉਹਦੇ ਵਿੱਚ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਹੂਸਵੈਵਰ, ਜਿਵੇਂ ਪਹਿਲਾਂ ਕਿਹਾ ਵੀ ਵਿਦ ਔਰ ਵਿਦਆਊਟ ਸੁਖਬੀਰ ਬਾਦਲ, ਕਿਉਂਕਿ ਮੈਂ ਇੰਸਟੀਟਿਊਸ਼ਨ ਦੇ ਹੱਕ 'ਚ ਹਾਂ ਐਂਡ ਦ ਇੰਸਟੀਟਿਊਸ਼ਨ ਇਜ਼ ਅਕਾਲੀ ਦਲ, ਦੈਟ ਇਜ਼ ਮੋਰ ਇੰਪੋਰਟੈਂਟ ਦੈਨ ਹੂ ਸਿਟਸ ਇਨ ਦਾ ਚੇਅਰ ਸਾਹਿਬ। ਇੱਕ ਮਿੰਟ ਮੈਂ ਗਨਵੇੜ ਦਾ ਇੱਕ ਮਿੰਟ ਦੀ ਗੱਲ, ਉਹਦੇ ਬਾਅਦ ਮੇਰੇ ਜਿੰਨਾ ਕਹੋਗੇ ਉਹ ਸਾਰੇ ਸਵਾਲਾਂ ਦੇ ਜਵਾਬ ਦਊਂਗਾ। ਉਹ ਜਿਹੜੀ ਇੰਸਟੀਟਿਊਸ਼ਨ ਹੈ, ਮੇਰੀ ਨਿਗਾਹ ਉਸ ਇੰਸਟੀਟਿਊਸ਼ਨ 'ਤੇ ਸਭ, ਉਸ ਇੰਸਟੀਟਿਊਸ਼ਨ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੈ ਵੀ ਉਹ ਸਾਰਿਆਂ ਦੀ ਭਾਵਨਾ ਦਾ ਐਕਸਪ੍ਰੈਸ ਕਰਨ ਦਾ ਪਲੇਟਫਾਰਮ ਬਣਿਆ ਰਹੂਗਾ। ਉਹਦੇ ਵਿੱਚ ਕਿੱਥੇ ਕਮਜ਼ੋਰੀਆਂ ਰਹੀਆਂ ਆਹ ਇਹਨਾਂ ਨੂੰ ਅੰਦਰ ਝਾਕ ਕੇ ਦੇਖਣ ਵੀ ਲੀਡਰਸ਼ਿਪ 'ਚ ਕਮਜ਼ੋਰੀ ਹੈ ਜਾਂ ਤੁਹਾਡੇ ਕੋਲ ਕੋਈ ਏਜੰਡਾ ਹੀ ਨਹੀਂ, ਕਿਹੜੇ ਏਜੰਡੇ ਨੂੰ ਲੈ ਕੇ ਲੋਕਾਂ 'ਚ ਤੁਸੀਂ ਗਏ ਸੀਗੇ, ਉਹ ਝਾਕਣਗੇ ਅਤੇ ਆਪਣਾ ਆਪ ਦਾ ਵੀ ਭਲਾ ਹੋਊਗਾ ਅਤੇ ਅਕਾਲੀ ਦਲ ਦਾ ਵੀ ਭਲਾ ਹੋਊਗਾ। ਪਰ ਇਹਨਾਂ ਦੋਨਾਂ ਦੇ ਅਗਲੇ ਜਿਹੜੇ ਹਾਲਾਤ ਬਣਨ ਜਾ ਰਹੇ ਹੈ, ਚਾਹੇ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਇਹਨਾਂ ਦਾ ਆਹ ਜਿਹੜਾ ਅਨਹੋਲੀ ਨੈਕਸਿਸ ਹੈ, ਅਤੇ ਦੂਜੇ ਪਾਸੇ ਅਕਾਲੀ ਦਲ ਦੇ ਜੇ ਹਾਲਾਤ ਹੈ, ਦੇ ਆਰ ਆਲ ਇੰਟਾਇਰਲੀ ਦੇਅਰ ਓਨ ਡੂਇੰਗ, ਦਿਸ ਇਜ਼ ਆਲ ਆਈ ਟੂ ਸੇ। ਹੁਣ ਇੱਕ ਇੱਕ ਕਰਕੇ ਪੁੱਛ ਲਓ ਸਾਹਿਬ ਜੀ, ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ, ਜਿਹੜੇ ਸ਼ੀਤਲ ਉਗਰਾਹਲ ਨੇ ਜੀ, ਜਾਂ ਉਹਨਾਂ ਦੇ ਪਹਿਲਾਂ ਮੈਂਬਰ ਪਾਰਲੀਮੈਂਟ ਜਿਹੜੇ ਕੈਂਡੀਡੇਟ ਸੀਗੇ ਰਿੰਕੂ ਜੀ, ਇਹ ਡਰੱਗ ਦਾ ਕੰਮ ਕਰਦੇ ਨੇ, ਖਿਲਾੜੀ 2 ਕਰੋੜ ਰੁਪਏ ਲੈ ਗਏ ਆ, ਜਿਹਨਾਂ ਨੇ ਕਿਤੇ ਹੋਰ ਜ਼ਮੀਨਾਂ ਨੱਪ ਰੱਖੀਆਂ ਉਹਨਾਂ ਤੇ ਕਰੋ, ਸਾਰਿਆਂ ਤੋਂ ਹੋਣੀ ਚਾਹੀਦੀ ਹੈ ਸਾਹਿਬ। ਤੇ ਡਰੱਗ ਦੀ ਗੱਲ ਕਰੋਗੇ, ਅੱਜ ਮੈਂ ਮਿਕਸ ਨਹੀਂ ਕਰਨਾ ਚਾਹੁੰਦਾ, ਕੱਲ ਇੰਟਰਨੈਸ਼ਨਲ ਅਗੇਂਸਟ ਡਰੱਗਸ ਡੇ ਸੀਗਾ, ਹੁਣ ਤਾਂ ਹੀ ਮਾਰਚ 2022 ਤੋਂ ਲੈ ਕੇ ਹੁਣ ਤਾਂ ਹੀ 543 ਮੌਤਾਂ ਹੋ ਗਈਆਂ ਸਭ ਡਰੱਗ ਦੀਆਂ, ਆਹ ਤਾਂ ਜਿਹੜੇ ਰਜਿਸਟਰਡ ਹੈਗੀਆਂ ਰਿਕਾਰਡ 'ਚ ਹੈਗੀਆਂ। ਅਗਰ ਇਹਦਾ ਅਦਰਵਾਈਜ਼ ਉਹ ਲਾ ਕੇ ਦੇਖੋ ਰੇਸ਼ੋ, ਤਾਂ ਇਟ ਇਜ਼ ਆਲਵੇਜ਼ ਅਬਾਊਟ 1/3 ਰਿਪੋਰਟ ਹੁੰਦੀਆਂ, ਬਾਕੀ ਕੋਈ ਆਪਣੇ 'ਤੇ ਇਲਜ਼ਾਮ ਨਾ ਲੱਗੇ, ਪਰਿਵਾਰ ਬਦਨਾਮ ਨਾ ਹੋਏ, ਲਗੋ ਦਿੰਦੇ ਜਾਂ ਪੁਲਿਸ ਵਾਲੇ ਛਾਪੜ ਜਾਂਦੇ ਹੈ, ਕਿਤੇ ਰਿਪੋਰਟ ਨਹੀਂ ਕਰਦੇ। ਸੋ ਉਹਨਾਂ ਦੇ ਉੱਤੇ ਭਗਵੰਤ ਮਾਨ ਜੀ ਨੇ ਕੀ ਕੀਤਾ? ਭਗਵੰਤ ਮਾਨ ਜੀ ਨੇ ਨਾ ਤਾਂ ਕਿਸੇ 'ਤੇ ਕੋਈ ਕਾਰਵਾਈ ਕਰ ਸਕਦੇ, ਨਾ ਕਰਨਗੇ ਸਭ, ਕਿਉਂਕਿ ਇਹਨਾਂ ਵੱਲੋਂ ਜਿਹੜਾ ਕਦਮ ਚੱਕਿਆ ਗਿਆ ਸੀ, 25,000 ਬੱਚਿਆਂ ਨੂੰ ਲੈ ਕੇ ਹਰਿਮੰਦਰ ਸਾਹਿਬ ਪਹੁੰਚ ਗਏ ਸੀ, ਉੱਥੇ ਜਾ ਕੇ ਅਰਦਾਸ ਕਰਾਂਗੇ ਸਭ, ਆਹ ਤਾਂ ਕੋਈ ਹੱਲ ਨਹੀਂ। ਸਰਕਾਰਾਂ ਅਰਦਾਸ ਕਰਨ ਵਾਸਤੇ ਤਾਂ ਨਹੀਂ ਬਣਾਈਆਂ, ਅਰਦਾਸ ਤਾਂ ਲੋਕ ਆਪਣੇ ਘਰੇ ਕਰਦੇ ਆ। ਸੋ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾਂਦੀ ਸਾਹਿਬ। ਕੱਲ੍ਹ ਵੀ ਫਿਰੋਜ਼ਪੁਰ ਇਹਨਾਂ ਦਾ ਆਪਣਾ ਆਮ ਆਦਮੀ ਪਾਰਟੀ ਦੇ ਘਰੇ ਜਿਹੜਾ ਪੂਰਾ ਗੋਦਾਮ ਭਰਿਆ ਇਹਨਾਂ ਦਾ ਮਿਲਿਆ, ਰੋਜ਼ ਆ ਰਹੀਆਂ ਉਹ ਗੱਲਾਂ, ਬਹੁਤ ਕਰਨ ਵਾਲੀਆਂ। ਅੱਜ ਇਸ ਮਸਲੇ 'ਚ ਬੜਾ ਪਾਸੇ ਖਿੱਚਿਆ ਜਾਊਗਾ, ਪਰ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਵੀ, ਐਜ਼ ਲੌਂਗ ਐਜ਼ ਯੂ ਆਰ ਦਾ ਚੀਫ ਮਿਨਿਸਟਰ, ਅਤੇ ਹੋ ਸਕਦਾ ਕਿ ਥੋੜ੍ਹੇ ਹੋਣ, ਕਿਤੇ ਨਾ ਕਿਤੇ ਜੇ ਕੋਈ ਬੇਲ ਬੂਲ ਮਿਲ ਗਈ ਆ ਗਏ, ਤਾਂ ਉਸੇ ਦਿਨ ਸਭ ਤੋਂ ਪਹਿਲਾਂ ਕਾਰਵਾਈ ਪੰਜਾਬ 'ਤੇ ਹੋਊਗੀ ਸਾਹਿਬ। ਦੇ ਆਲ ਨੀਡ ਸਕੇਪ ਗੋਟਸ, ਕਿਉਂਕਿ ਕੇਜਰੀਵਾਲ ਸਾਹਿਬ ਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ 7 ਦੀ 7 ਕਿਉਂ ਆ ਰਹੇ, ਉਹਨਾਂ ਨੇ ਆ ਕੇ ਭਗਵੰਤ ਮਾਨ ਜੀ ਨੂੰ ਪੁੱਛਣਾ ਵੀ ਤੂੰ 10-10 ਕਿਉਂ ਆ ਰਹੇ। ਇਸ ਕਰਕੇ ਇਹ ਮੌਕਾ ਹੈ, ਕਾਰਵਾਈ ਜਿਹਨਾਂ ਦੇ ਕਰਨੀ ਹੈ ਕਰ ਲਓ, ਜੇ ਕਲੀਨ ਚਿੱਟ ਦੇਣੀ ਹੈ ਕਲੀਨ ਚਿੱਟ ਦੇ ਦਿਓ, ਲੋਕਾਂ 'ਚੋਂ ਵਹਿਮ ਕੱਢੋ ਵੀ ਤੁਸੀਂ ਇਕੱਠੇ ਹੋ ਗਾਡਨ ਨੂੰ। ਜਾਖੜ ਸਾਹਿਬ, ਵੈਸਟ ਹਲਕੇ ਦੇ ਬੀਜੇਪੀ ਲੀਡਰ ਤੇ ਕੰਮ ਕਾਜ ਤੇ ਅੱਜ ਸਿੱਧਾ ਹਮਲਾ ਕੀਤਾ ਗਿਆ, ਜਿਹੜੇ ਕਿ ਸ਼ੀਤਲ ਮੁਰਾਲ ਨੇ ਬੀਜੇਪੀ 'ਚ ਜੁਆਇਨ ਕਰਵਾਈ ਸੀ ਲੋਕ ਸਭਾ ਇਲੈਕਸ਼ਨ ਦੌਰਾਨ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਸਭ ਜਿਸ ਗੱਲ ਦਾ ਮੈਨੂੰ ਅਜੇ ਪਤਾ ਨਹੀਂ, ਹੁਣ ਕੀ ਕਰਕੇ ਆਏ ਹੋ ਨਹੀਂ ਕਰੇ, ਕਿਹਦੇ 'ਤੇ ਕੀ ਇਲਜ਼ਾਮ ਲਾਇਆ ਮੈਨੂੰ ਦੱਸ ਦਿਓ, ਇਟ ਵਿਲ ਬੀ ਨੋਟ ਪ੍ਰੋਬਲਮ। ਲੀਡਰ ਨੇ ਅਯੂਬ ਖਾਨ, ਹਾਂਜੀ, ਉਹਨਾਂ ਦੀ ਚਲਦੀ ਫੈਕਟਰੀ ਤੋਂ ਸੀਲ ਕਰ ਦਿੱਤਾ ਗਿਆ ਨਗਰ ਨਿਗਮ ਵੱਲੋਂ। ਅੱਛਾ, ਅੱਜ? ਅੱਛਾ ਜੀ। ਤੇ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਨੇ ਖੜੇ ਹੋ ਕੇ ਉਹ ਸੀਲ ਕਰਵਾਈ ਹੈ। ਦੇਖੋ, ਇਹ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਲੀਡਰ, ਪਹਿਲਾਂ ਤਾਂ ਮੈਂ ਦੱਸਾਂ ਵੀ 2.5 ਸਾਲ ਤਾਂ ਇਹਨਾਂ ਦੇ ਕਿਸੇ ਨੇ ਸੁਧੀ ਨਹੀਂ ਲਈ। ਪੁਲਿਸ ਵਾਲੇ, ਇਹਨਾਂ ਨੂੰ ਸਟੈਂਡਿੰਗ ਆਰਡਰ ਸੀਗਾ ਵੀ ਮੈਨੂੰ ਪਤਾ ਹੈ ਮੇਰੇ ਕਿਹੋ ਜਿਹੇ ਗਏ, ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ, ਇਸੇ ਕਰਕੇ ਦੇਰ ਇਜ਼ ਅ ਬਿਗ ਰਿਜੈਂਟਮੈਂਟ ਅਮੰਗਸਟ ਦਾ MLAs। ਪਰ ਆਹ ਜੋ ਕੁਛ ਹੁਣ ਹੋ ਰਿਹਾ, ਇਹਨਾਂ ਦੇ ਅੱਖਾਂ 'ਚੋਂ ਅੰਜੂ ਪੂੰਜਣ ਵਾਸਤੇ ਅੱਜ ਇਹਨਾਂ ਨੂੰ ਮਾੜੀ ਮੋਟੀ ਗਿੱਦੜ ਸੰਗੀ ਦੇ ਰੱਖੀ ਹੈ 10 ਤਰੀਕ ਤਾਈਂ, ਤੁਸੀਂ ਇੱਧਰ ਉੱਧਰ ਜਾ ਕਰ ਕਰੋ, ਇਹ ਧੱਕੇਸ਼ਾਹੀ ਨਹੀਂ, ਦੇਰ ਸ਼ੁੱਡ ਬੀ ਅ ਰੂਲ ਆਫ ਲਾਅ ਸਾਹਿਬ। ਆਹ ਜਿਹੜੀ ਫੈਕਟਰੀ ਕਿਸੇ ਦੀ ਵੀ ਹੋਵੇ, ਫੈਕਟਰੀ ਅਯੂਬ ਖਾਨ ਦੀ ਹੋਵੇ ਜਾਂ ਕਿਸੇ ਬੀਜੇਪੀ ਦੀ ਹੈ ਜਾਂ ਕਿਸੇ ਦੀ ABC ਪਾਰਟੀ ਦੀ ਹੈ, ਰੂਲ ਆਫ ਲਾਅ ਹੈਜ਼ ਟੂ ਮੇਨਟੇਨ, ਕਿਸੇ ਦੇ ਕਹਿਣ ਨਾਲ ਕਿਸੇ ਦੀ ਕਾਰਵਾਈ ਨਹੀਂ ਹੋ ਸਕਦੀ ਸਾਹਿਬ। ਅਗਰ ਕੋਈ ਕੰਪਲੇਂਟ ਹੈ, ਅਗਰ ਕੋਈ FIR ਹੈ, ਤਾਂ ਬਿਲਕੁਲ ਕਾਰਵਾਈ ਹੋਣੀ ਚਾਹੀਦੀ। ਤੁਸੀਂ ਅਕਾਲੀ ਦਲ ਦੇ ਨਾਲ ਗਠਬੰਧਨ ਦੇ ਫੇਵਰ 'ਚ ਹੋ ਅੱਜ? ਅੱਜ ਦੇਖੋ, ਹੁਣ ਨਿਬੜ ਗਈ ਗੱਲ ਸਾਹਿਬ, ਜਦੋਂ ਮੈਂ ਕਿਹਾ ਸੀ ਉਦੋਂ ਤਾਂ ਕਿਸੇ ਨੇ ਮੈਨੂੰ ਪੁੱਛਿਆ ਨਹੀਂ, ਮੈਂ ਕੋਠੇ 'ਤੇ ਕੜ ਕਰਕੇ ਕਹੀ ਜਾਂਦਾ ਸੀ ਵੀ ਕਰ ਲਓ ਪੰਜਾਬ ਦੇ ਹਾਲਾਤ ਨਾ ਬਣਾਓ ਜੋ ਬਣ ਜਾ ਰਹੇ ਹੈ, ਉਸ ਕਰਕੇ ਕਿਹਾ ਸੀ। ਹੁਣ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਵੀ ਇਹ ਤਾਂ ਇਹਨਾਂ ਦੇ ਪੱਲੇ ਕੁਛ ਨਹੀਂ,
ਆ ਜਿਹੜੇ ਬੜੇ ਭਾਈ ਬਣੇ ਫਿਰਦੇ ਸੀਗੇ ਉਹ ਤਾਂ ਵਹਿਮ ਜੇ ਤੁਰੇ ਫਿਰਦੇ ਸੀਗੇ, ਵਜਨ ਤਾਂ ਬੀਜੇਪੀ ਚੱਕੀ ਖੜੀ ਸੀਗੀ। ਤੁਸੀਂ ਇੱਕ ਪਾਸੇ ਤੇ ਕਹਿ ਰਹੇ ਹੋ ਉਧਰ ਚਲੇ ਗਏ ਇਸ ਤਰ੍ਹਾਂ, ਦੇਖੋ ਲੈਟਸ ਨਾਟ ਟਾਕ ਅਬਾਊਟ ਸਮਥਿੰਗ ਜਿਹਦਾ ਮੈਂ ਤੁਹਾਡੀ ਦੇਖੋ ਆਈ ਵੁੱਡ ਨਾਟ ਲਾਈਕ ਟੂ ਕਮੈਂਟ ਸਾਹਿਬ। ਮੈਂ ਉਹ ਜਿਸ ਤਰ੍ਹਾਂ ਇੱਕ ਬੜਾ ਫੇਮਸ ਕ੍ਰਿਕਟ ਮੈਚ ਚੱਲ ਰਿਹਾ ਸੀ ਉਦੋਂ ਟੀ ਵੀ ਵਗੈਰਾ ਨਹੀਂ ਸੀ ਹੁੰਦੇ, ਲਾਲਾ ਅਮਰਨਾਥ ਜੀ ਸੀ ਅਤੇ ਉਹਨਾਂ ਨੇ ਮੈਂ ਸੁਣਿਆ ਕਹਿੰਦਾ ਕਹਿੰਦਾ ਦੋ ਆਈ ਡਿਡ ਨੋਟ ਸੀ ਦਾ ਬਾਲ ਬਟ ਇਟ ਵਾਜ਼ ਅ ਵੈਰੀ ਗੁੱਡ ਬਾਲ। ਮੈਂ ਵੀ ਹੁਣ ਇੱਥੇ ਕਿਸੇ ਨੂੰ ਕਹਿ ਰਿਹਾ ਮੈਂ ਦੇਖੀ ਨਹੀਂ ਸੁਣੀ ਨਹੀਂ ਇਹਨੇ ਦੱਬਦਿਆਂ ਕਰਕੇ ਸਰ, ਇੱਕ ਇੱਕ ਕਰਕੇ ਸਰ। ਸੀਐਮ ਸਾਹਿਬ ਨੇ ਇੱਥੇ ਘਰ ਲਿਆ ਆ, ਉਹ ਕਹਿ ਰਹੇ ਕਿ ਦੋ ਦਿਨ ਇੱਥੇ ਰਹਿਣਗੇ, ਪੰਜ ਦਿਨ ਚੰਡੀਗੜ੍ਹ ਰਹਿਣਗੇ, ਕਹਿ ਰਹੇ ਕਿ ਦੁਆਬਾ ਔਰ ਮਾਲਵਾ ਇੱਥੋਂ ਦੇਖਣਗੇ ਅਤੇ ਪੰਜਾਬ ਪੂਰਾ ਉੱਥੋਂ ਦੇਖਣਗੇ, ਕੀ ਲੱਗਦਾ ਪੋਸੀਬਲ? ਪੋਸੀਬਲ ਤਾਂ ਦੇਖੋ ਮੈਨੂੰ ਤਾਂ ਲੱਗਦਾ ਵੀ ਦਿਨ ਹੀ ਗਿਣੇ ਚੁਣੇ ਹੈ, ਜਾਂ ਤਾਂ ਜਿਸ ਦਿਨ ਆ ਗਏ ਕੇਜਰੀਵਾਲ ਸਾਹਿਬ ਉਦੋਂ ਤਾਂ ਤਾਂ ਪਤਾ ਨਹੀਂ ਲੀਜ਼ ਕਿੰਨੇ ਦਿਨਾਂ ਦੀ ਲਈ ਹੈ ਕਿ ਨਹੀਂ ਲਈ। ਇੱਕ ਸੈਕਿੰਡ ਸਰ ਇੱਕ ਸੈਕਿੰਡ ਮੈਂ ਖਤਮ ਕਰ ਦਿਆਂ। ਦੇਖੋ ਕੇਜਰੀਵਾਲ ਸਾਹਿਬ ਨੂੰ ਕਰ ਲੈਣ ਦੀ ਲੋੜ ਕਿਉਂ ਪਈ ਸਾਹਿਬ? ਤੁਹਾਨੂੰ ਟੈਲੀਫੋਨ ਨੰਬਰ ਯਾਦ ਹੈ ਕਿ 1076 ਹੈ ਕਿਸੇ ਨੂੰ ਯਾਦ? ਸਰ ਆਹ ਪੰਜਾਬ ਸਰਕਾਰ ਦਾ ਉਹ ਨੰਬਰ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਹੋਮ ਡਿਲੀਵਰੀ 43 ਸਰਵਿਸਿਸ, ਹੋਮ ਡਿਲੀਵਰੀ ਤੁਸੀਂ ਫੋਨ ਚੱਕੋ ਅਤੇ ਹੋ ਜੂਗਾ ਸਾਹਿਬ। ਫੋਨ ਵਾਲੇ ਨੂੰ ਪਤਾ ਤੁਸੀਂ ਦੁਆਬੇ ਤੋਂ ਕਰ ਰਹੇ ਹੋ, ਮਾਝੇ ਤੋਂ ਕਰ ਰਹੇ ਹੋ, ਮਾਲਵੇ ਤੋਂ ਕਰ ਰਹੇ ਹੋ। ਭਗਵੰਤ ਮਾਨ ਜੀ ਨੇ ਮਕਾਨ ਇੱਥੇ ਲੈਣਾ, ਹੀ ਹੈਜ਼ ਐਕਸੈਪਟਿਡ ਦ ਫੈਕਟ ਵੀ ਉਹ ਟੋਟਲ ਫੇਲਿਅਰ ਹੈ, ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ, ਆਹ ਬਣਾ ਕੇ ਹੋਮ ਡਿਲੀਵਰੀ ਸਰਵਿਸ ਜੀ ਘਰ ਆ ਕੇ ਹੋ ਜੂਗਾ। ਜੇ ਘਰ ਆ ਕੇ ਕੰਮ ਹੁੰਦਾ ਤਾਂ ਤੁਹਾਡੇ ਦਰਸ਼ਨ ਕਰਨੇ, ਕੋਈ ਲੋਕ ਤੁਸੀਂ ਤਾਂ ਦਰਸ਼ਨ ਕਰਨ ਆਉਣਗੇ ਤੁਹਾਡੇ, ਕੁਛ ਨਹੀਂ ਹੋ ਰਿਹਾ ਸਾਹਿਬ। ਦੂਜਾ ਇਹਨਾਂ ਨੇ ਕਿਹਾ ਸੀ ਸਰਕਾਰ ਆਪ ਕੇ ਦੁਆਰ ਪਿੰਡਾਂ 'ਚ ਜਾ ਕੇ SDM DC ਜਾਣਗੇ, ਲੋਕਾਂ ਦੀ ਗੱਲ ਸੁਣਨਗੇ ਸਾਹਿਬ। ਕੰਮ ਤਾਂ DC ਤੇ ਉਹਨਾਂ ਨੇ ਕਰਨਾ, ਫਿਰ ਤੁਸੀਂ ਆ ਕੇ ਇੱਥੇ ਬੈਠੇ ਕੀ ਕਰੀ ਜਾਂਦੇ? ਉਹਨਾਂ ਨੂੰ ਭੇਜੋ ਪਿੰਡਾਂ ਦੇ ਵਿੱਚ। ਨਾ ਤਾਂ ਕੋਈ ਸਰਕਾਰ ਆਪਕੇ ਦੁਆਰ ਆਈ ਸਾਹਿਬ, ਆਹ ਤਾਂ ਲੋਕਤੰਤਰ ਦੀ ਸ਼ਕਤੀ ਹੈ। ਆਹ ਇੱਥੇ 2022 ਇਲੈਕਸ਼ਨ ਆਉਣਾ ਸੀਗਾ ਅਤੇ ਭਗਵੰਤ ਮਾਨ ਜੀ ਦੇ ਦਰਸ਼ਨ ਇੱਥੇ ਜਲੰਧਰ ਵੈਸਟ ਦੇ ਲੋਕਾਂ ਨੂੰ ਕਰਨੇ ਪੈ ਰਹੇ ਹੈ। ਕਿੰਨੇ ਕੁ ਦਿਨ ਚੱਲਦੇ ਆ? ਲੈਟ ਸੀ। ਦੇਖੋ MLA ਸਾਹਿਬ ਨੂੰ ਦਰਸ਼ਨ ਨਹੀਂ ਹੁੰਦੇ ਸਾਹਿਬ, ਮੈਂ ਅੱਜ ਵੀ ਬੜੇ ਵਿਦ ਅਥੋਰਿਟੀ ਕਹਿ ਸਕਦਾ ਵੀ ਜਿੱਥੇ ਰਲੇਵਾਂ ਹੁੰਦਾ ਹੈ, ਇਸ ਕਿਸਮ ਦੀ ਮੀਟਿੰਗ ਹੁੰਦੀ ਹੈ, ਉਸ 'ਚ ਤਾਂ ਚਲੋ ਆ ਕੇ ਦਰਸ਼ਨ ਕਰ ਲੈਂਦੇ ਹੈ। ਜਿਸ ਤਰ੍ਹਾਂ ਆਪਾਂ ਬੈਠੇ ਹਾਂ ਵੀ ਇੱਥੇ ਭਗਵੰਤ ਮਾਨ ਜੀ ਬੈਠੇ ਹੈ, ਪਿਛਲੇ 2.5 ਸਾਲ 'ਚ ਮੇਰੇ ਖਿਆਲ 'ਚ ਘੱਟੋ ਘੱਟ 15-20% ਇਹੋ ਜਿਹੇ MLA ਜਿਨ੍ਹਾਂ ਦੀ 1-to-1 ਕਿਤੇ ਮੀਟਿੰਗ ਹੀ ਨਹੀਂ ਹੋਈ ਭਗਵੰਤ ਮਾਨ ਜੀ ਦੇ ਨਾਲ। ਉਹਨਾਂ ਨੇ ਟਾਈਮ ਕਰਕੇ ਘੱਟੀਆਂ ਖੜਕਾ ਕੇ ਕਰ ਲਿਆ, ਪਰ ਕਿਤੇ ਉਹਨਾਂ ਨੂੰ ਕੋਈ ਮੀਟਿੰਗ ਦਾ ਟਾਈਮ ਨਹੀਂ ਮਿਲਿਆ। ਇਸ ਤਰ੍ਹਾਂ ਭੀੜ 'ਚ ਹਾਂ ਆ ਜਾਓ ਟਾਈਮ ਲੈ ਲਿਓ ਆ ਜਾਓ ਕਰਕੇ ਨਿਕਲ ਜਾਂਦੇ ਆ। ਦੂਜੀ ਗੱਲ, ਇੱਥੇ ਹੀ ਕੁਛ ਦਿਨ ਪਹਿਲਾਂ ਜਿਸ ਦਿਨ ਮੈਂ ਆ ਕੇ ਇੱਥੋਂ ਗਿਆ ਆਫਿਸ ਦਾ BJP ਦਾ ਉਦਘਾਟਨ ਕਰਕੇ ਗਿਆ, ਉਸੇ ਦਿਨ ਇੱਥੇ ਇੱਕ ਫਾਰਮ ਹਾਊਸ 'ਚ ਇਹਨਾਂ ਨੇ ਸਾਰੇ MLA ਬੁਲਾ ਰੱਖੇ ਸੀਗੇ ਭਗਵੰਤ ਮਾਨ ਜੀ ਨੇ। ਉਹ ਫੋਟੋਗ੍ਰਾਫ ਬੜੀ ਇੱਕ ਫੇਮਸ ਹੋਈ ਹੈ ਸਾਹਿਬ, ਜਿਹਦੇ ਵਿੱਚ ਇਹਨਾਂ ਨੇ ਉਹ ਬਾੜਾ ਜਿਹਾ ਜਿਸ ਤਰ੍ਹਾਂ ਭੇਡਾਂ ਰੇਵੜ ਨੂੰ ਆੜਦੇ ਨੇ, ਉਸ ਤਰ੍ਹਾਂ ਸਾਰਿਆਂ ਨੂੰ ਇਕੱਠੇ ਕਰ ਰੱਖਿਆ ਸੀਗਾ। ਜੇ ਭਗਵੰਤ ਮਾਨ ਜੀ ਆਪਣੇ MLA ਤੋਂ ਇੰਨਾ ਡਰੀ ਜਾਂਦੇ ਆ ਸਾਹਿਬ, ਤਾਂ ਜਲੰਧਰ ਦੇ ਲੋਕਾਂ ਨੂੰ ਕੌਣ ਮਿਲੂਗਾ ਸਾਹਿਬ? ਕਿਤੇ ਗਲਤੀ ਨਾਲ ਮੇਰੀ ਤੁਹਾਨੂੰ ਬੇਨਤੀ ਹੈ ਜਾਂ ਤੁਹਾਡੇ ਰਾਹੀਂ ਸਾਡੇ ਜਲੰਧਰ ਦੇ ਅਤੇ ਦੁਆਬੇ ਦੇ ਲੋਕਾਂ ਨੂੰ ਐਵੇਂ ਨਾ ਕਿਤੇ ਇਹਨਾਂ ਦੇ ਵਹਿਮ 'ਚ ਆ ਕੇ ਇੱਥੇ ਜਾ ਵੜੇ, ਉੱਥੇ ਪੁਲਿਸ ਵਾਲਾ ਨੇ ਨੇੜੇ ਨਹੀਂ ਲੱਗਣ ਦੇਣਾ, ਚਿੜੀ ਨਹੀਂ ਫਟਕੜ ਦੇਣੀ ਉੱਥੇ ਕਿਤੇ, ਐਵੇਂ ਕਿਤੇ ਵਹਿਮ 'ਚ ਕਿਤੇ ਮੈਂ ਫਲਾਣਾ ਸਿੰਘ ਅਤੇ ਮਿਲਣਾ ਹੈ। ਉਹਨਾਂ ਨੇ ਕਿਹਾ ਸੀਗਾ ਮੈਨੂੰ ਜੋ ਹਾਲ ਇਹਨਾਂ ਨੇ ਆਪਣੇ MLA ਦਾ ਕੀਤਾ, ਉਸ ਤੋਂ ਮਾੜਾ ਹਾਲ ਕਿਸੇ ਆਮ ਆਦਮੀ ਦਾ ਹੋਊਗਾ। ਸੋ ਮੈਂ ਸਮਝਦਾ ਥੋੜ੍ਹੇ ਦਿਨ ਦੀ ਕਹਾਣੀ ਹੈ, ਇਟ ਆਲ ਅੱਜ ਜਲੰਧਰ ਵੈਸਟ ਦੇ ਉੱਤੇ ਨਿਰਭਰ ਕਰਦਾ ਵੀ ਭਗਵੰਤ ਮਾਨ ਜੀ ਨੂੰ ਰਵਾਨਾ ਕਰਨਾ ਹੈ, ਕਿਸੇ ਆਪਦੇ ਘਰੇ ਜਾ ਕੇ ਸਤੌਜ ਰਹਿਣ, ਪਰਿਵਾਰ ਨੂੰ ਲੈ ਕੇ ਰਹਿਣ। ਸਭ
ਇੱਕ ਬੜਾ ਇਟਸ ਨੋਟ ਰਿਲੇਟਿਡ ਟੂ ਦਾ ਪ੍ਰੈਸ ਕਾਨਫਰੰਸ ਜਾਂ ਜਿਸ ਜਲੰਧਰ ਨੂੰ ਲੈ ਕੇ ਇਹਦੇ ਨਾਲ ਰਿਲੇਟਿਡ ਇਨ ਦਾ ਸੈਂਸ ਇਸ ਤਰ੍ਹਾਂ ਹੈ ਬੜੀ ਖੂਬਸੂਰਤੀ ਹੈ ਪੈਸੇ ਦੀ ਪੈਸਾ ਕਿੱਥੇ ਹੈ ਜਿੱਥੇ ਇੰਡਸਟਰੀ ਹੈ ਇੰਡਸਟਰੀਅਲ ਹੱਬ ਹੈ ਜਲੰਧਰ ਦੂਜਾ ਹੱਬ ਕਿਹੜਾ ਹੈ ਲੁਧਿਆਣਾ ਮੈਂ ਦੇਖਿਆ ਜਿੰਨੇ ਵੱਡੇ ਲੀਡਰ ਹੈ ਚਾਹੇ ਉਹ ਕਾਂਗਰਸ ਦੇ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ ਉੱਥੇ ਤਾਂ ਸਾਰੀ ਦੀ ਸਾਰੀ ਕਾਂਗਰਸ ਲੀਡਰਸ਼ਿਪ ਜਾ ਕੇ ਮਕਾਨ ਲੈ ਕੇ ਪੈ ਗਈ ਸੀਗੀ ਲੁਧਿਆਣੇ ਇੱਥੇ ਹੁਣ ਸਾਰੇ ਦੇ ਸਾਰੇ ਆ ਕੇ ਇੱਥੇ ਬੈਠੇ ਹੈ ਸਭ ਪੰਜਾਬ ਦੇ ਅੰਦਰ ਭੰਡਾਰੀ ਸਾਹਿਬ ਕੋਈ ਐਂ ਨਹੀਂ ਗੱਲ ਸੋਨੇ ਦਾ ਭਾਅ ਮਹਿੰਗਾ ਹੋ ਗਿਆ ਸਾਹਿਬ ਇਹਨਾਂ ਤੋਂ ਬਚਿਓ ਬਚਿਓ ਸਾਹਿਬ ਅੱਜ ਕੱਲ੍ਹ ਕਈ ਤਾਂ ਸਟੇਜ 'ਤੇ ਖੜ ਕੇ ਸੋਨੇ ਦੇ ਕੜੇ ਮੰਗਣ ਲੱਗੇ ਨਹੀਂ ਨਹੀਂ ਸਾਹਿਬ ਮਹਿੰਗਾ ਹੋ ਗਿਆ ਸੋਨਾ ਤੁਸੀਂ ਦੇਖ ਲਿਓ ਇੰਟਰਨੈਸ਼ਨਲ ਪ੍ਰਾਈਸਿਸ ਨਾਲੋਂ ਪੰਜਾਬ ਹਿੰਦੁਸਤਾਨ ਦਾ ਰੇਟ ਜ਼ਿਆਦਾ ਹੈ ਇੱਥੇ ਪੰਜਾਬ 'ਚ ਉਸ 'ਚੋਂ ਵੀ ਜ਼ਿਆਦਾ ਹੈ ਅਤੇ ਆਹ ਜਿੰਨੇ ਜ਼ਿਆਦਾ ਲੋਕ ਇੱਥੇ ਆਉਣਗੇ ਨਾ ਓਨਾ ਹੀ ਰੇਟ ਵਧੀ ਜਾਂਦਾ ਸਾਰੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਬਾਅਦ 'ਚ ਕਹੋਗੇ ਵੀ ਈਡੀ ਨੇ ਆ ਕੇ ਸਾਡਾ ਕੁੰਡਾ ਖੜਕਾ ਲਿਆ ਜੀ ਅਸੀਂ ਤਾਂ ਚਾਰ ਚੂੜੀਆਂ ਹੀ ਦਿੱਤੀਆਂ ਸੀਗੀਆਂ ਬਚ ਕੇ ਰਿਹਾ ਸਾਹਿਬ ਨਿਗਾਹ ਕਰ ਰਹੇ ਆ ਕਿਉਂਕਿ ਇਹਨਾਂ ਦੇ ਜਿਸ ਦਿਨ ਬੁਲਾ ਲਿਆ ਪੰਜਾਬ ਦੇ ਵਿੱਚ ਪੰਜਾਬ ਦਾ ਖੁੱਲ੍ਹਿਆ ਲੀਕਰ ਪੋਲਿਸੀ ਵਾਲਾ ਮਸਲਾ ਉਦਣ ਸਾਰਾ ਆਜੂਗਾ ਪੈਸਾ ਕਿੱਥੋਂ ਕਿੱਥੋਂ ਆਇਆ ਅਤੇ ਉਹ ਕਹਿ ਦੇਣਗੇ ਅਸੀਂ ਜੀ ਫਲਾਣੇ ਦੀ ਫੈਕਟਰੀ 'ਚ ਗਏ ਸੀ ਉੱਥੋਂ ਸਾਡੇ ਕੋਲ ਸਮਾਨ ਹੈ ਜੀ ਸਰ ਅਜੇ ਉੱਥੇ ਵਾਲੀ ਗੱਲ ਨਿਬੜੀ ਨਹੀਂ ਜੀ ਲੈਸ ਹੈਵ ਸਮ ਸਭ ਸਭ ਤੋਂ ਕੰਕਰੀਟ ਆਈ ਥਿੰਕ ਇਫ ਦੇਰ ਵਾਜ ਨੋ ਲੋਂਗ ਰੋਪ ਦੇ ਮਸਟ ਹੈਵ ਬੀਨ ਟਰੇਸਿੰਗ ਦਾ ਮਨੀ ਟ੍ਰੇਲ ਵੀ ਮਨੀ ਟ੍ਰੇਲ ਦਾ ਕਿਤੇ ਇੱਥੇ ਮਾੜਾ ਮੋਟਾ ਬੁਲਾ ਕੇ ਜੋ ਹੋਜੂਗਾ ਇੱਦਾਂ ਹੀ ਤਾਂ ਇਹਨਾਂ ਨੇ ਸਿਰਫ ਜਿਹੜੇ ਬਿਊਰੋਕਰੈਟ ਸੀ ਉਹਨਾਂ ਨੂੰ ਬੁਲਾਇਆ ਸੀਗਾ ਆਈ ਹੋਪ ਵੈਰੀ ਸੂਨ ਹੁਣ ਜਿਹੜੇ ਕਦਮ ਹੈ ਉਸ ਪਾਸੇ ਵੀ ਆਉਣਗੇ ਜਿਹੜੇ ਪੋਲੀਟੀਕਲ ਬੋਸਿਸ ਸੀ ਜਿਹਨਾਂ ਨੇ ਫੈਸਲਾ ਲਿਆ ਅਤੇ ਮੈਨੂੰ ਪਤਾ ਲੱਗਿਆ ਵੀ ਉਹ ਜਿਹੜੇ ਪਹਿਲੇ ਓਪਰੇਸ਼ਨ ਕਰਾਉਣ ਗਏ ਸੀਗੇ ਅੱਖਾਂ ਦੇ ਉਹ ਫਿਰ ਦੁਬਾਰਾ ਇੰਗਲੈਂਡ ਚਲੇ ਗਏ ਲੱਗਦੇ ਆ ਜਿੱਦਣ ਸੀ ਬੀ ਆਈ ਦੀ ਰੇਡ ਪਈ ਉਸੇ ਦਿਨ ਸ਼ਾਇਦ ਆਈ ਐਮ ਨੋਟ ਸ਼ੋਰ ਸਰ ਪਰ ਚੈੱਕ ਕਰ ਲਿਓ ਸੋ ਆਈ ਡੋਂਟ ਵਾਂਟ ਟੂ ਕਮੈਂਟ Do you think the scenario fits the BJP because the BJP has also been speaking against radicalism and you said these kind of forces are giving way to radicalism. What do you think this, what kind of political crisis is being created because of this and does it impact the BJP? Well, the idea is that the fringe elements, it is a political wing of the Panth and all these religious pent up feelings. People may have certain anxieties, they have certain fears perceived or real. They could be addressed if they have a credible forum where they have their faith, their fears and anxieties will be addressed properly. In absence of any credible face or a credible institution, these people are left on their own and the fringe element takes the center stage. That is my only concern. We want, that's why I called it a safety valve. Akali Dal is a safety valve because Akali Dal cannot be compared to any other regional party, JJP or INLO or for that matter Telugu Desam or what not, because they are, none of them is the representative of a religious body of Akal Takht, of Panth, which Akali Dal is. That is why I call Akali Dal enjoys an exalted position which no other regional party does, but the exalted position comes with an even greater responsibility to be able to carry people and have a credible leader who could assuage their fears and anxieties of the masses. So you're saying the
radical elements or you know these fringe elements should get some kind of platform so that the steam or pressure maybe exactly that's what a safety valve is all about. BJP's vote share has increased this year. Does the BJP plan to reclaim this place and set some kind of dialogue so that these issues could be addressed? BJP is always looking at a dialogue to resolve any pending issues. And that's why this is the most opportune time to read what they have been talking about Narendra Modi ji. As a Prime Minister, he has tried to address so many of the pending issues. That doesn't mean that all the issues have been addressed. There are pending issues. And I think people of Punjab will have to realize that the narrative which has been created against BJP is false narrative. This is precisely what BJP, this is what Akali Dal had to say 3 years ago. So BJP is still the same, Narendra Modi ji is still the same, only that now they are losing political power, but that does not mean because Akali Dal is not dependent upon one person, it is a forum for the panth. And somebody else, if Sukhbir Badal ji is not able to rise to the occasion, somebody else will step in. This, there cannot be a vacuum for long, but I am only concerned that in this vacuum that exists today, it nothing untoward happens in the meanwhile. आगे अपना सवाल मैं और किसी को पूछ लेने दूँ। जी। सवाल है। आम आदमी पार्टी थी पिछले दिनों तो कैंपेन चल रही है आपकी सरकार के आपका एमएलए उम्मीदवार भी यही कहते ने जेकर पंजाब दे विच आम आदमी पार्टी की सरकार है जे तुसी जिमनी चुनाव दे विच उन्हां नूं एमएलए बनाउंदे हो तां ही लोकां दे काम होणगे अदरवाइज लोकां दे काम नहीं होणगे अपने जुबानी ये गल कहते ने किवें देखदे मैं तो बिल्कुल देखदा पंजाब दे लोकां ने जलंधर वेस्ट दे लोकां ने देखना भी है 2.5 साल च कीता की है उन्हां दा ही एमएलए सी उन्हां दी सरकार सी 92 चों सीगे जी इक ਉਦੋਂ ਕੁਛ ਨਹੀਂ ਹੋਇਆ ਤੇ ਹੁਣ ਕੀ ਕਰਦੇ ਨੇ ਕਿ ਸਾਹਿਬ ਹੁਣ ਤਾਂ ਜਾਂਦੀਆਂ ਦੇ ਵੱਜਦੇ ਹੈ ਹੁਣ ਤਾਂ ਟਾਈਮ ਇਜ਼ ਲਿਮਿਟਿਡ ਜੀ ਹੁਣ ਤਾਂ ਤੁਸੀਂ ਦੇਖਿਓ ਉਹਨਾਂ ਦਾ ਵੰਡੇ ਕੀ ਜਾਂਦਾ ਕਿਉਂ ਇਲੈਕਸ਼ਨ ਦੇ ਇਲੈਕਸ਼ਨ ਤੁਰੇ ਆਣੇ ਜੀ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਤੀਆਂ ਇਹ ਤਾਂ ਅਗਲੇ 1.5-2 ਸਾਲ ਤਾਂ ਸਿਕਮ 'ਚ ਲੰਘ ਜਾਣਾ ਆਖਿਰ ਹੁਣ ਵੀ ਜੇ ਚੀਕਾਂ ਮਾਰੀ ਜਾਂਦੇ ਹੈ ਦੇਖੋ ਉੱਤੇ ਪਿਆ ਭਲਵਾਨ ਵੀ ਚੀਕਾਂ ਮਾਰੀ ਜਾਂਦਾ ਵੀ ਸਾਡੇ ਅਫਸਰ ਨਹੀਂ ਸੁਣਦੇ ਅਫਸਰ ਨਹੀਂ ਸੁਣਦੇ ਇਹਨਾਂ ਦੇ ਅਫਸਰ ਨਹੀਂ ਸੁਣਦੇ ਕੰਮ ਕੀ ਕਰਕੇ ਦੇਣਗੇ ਸਾਹਿਬ ਕਿਸੇ ਦਾ ਕੀ ਸਵਾਰ ਦੇਣਗੇ ਸੋ ਦੈਟ ਇਜ਼ ਦਾ ਇਸ਼ੂ ਥੈਂਕ ਯੂ ਸਰ ਸਾਰੇ